ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਅੱਜ ਇੱਕ ਛੋਟੇ ਜਿਹੇ ਸਫ਼ਰ ਤੇ ਲੈ ਕੇ ਆਈ ਹਾਂ ਤੁਹਾਨੂੰ। ਜਦੋਂ ਕੋਈ ਵੀ ਅਸੀਂ ਕਮਿਊਨਿਟੀ ਰਲ ਕੇ ਕੰਮ ਸ਼ੁਰੂ ਕਰਦੇ ਹਾਂ, ਕਿਸੇ ਦੇ ਦੁੱਖ ਦੀ ਘੜੀ ਵਿੱਚ ਅਸੀਂ ਚਾਰ ਪਲ ਉਹਨਾਂ ਦੇ ਨਾਲ ਚਾਰ ਕਦਮ ਚੱਲਦੇ ਹਾਂ ਅਤੇ ਉਸ ਵਕਤ ਉਹਨਾਂ ਦੇ ਨਾਲ ਖੜ੍ਹਦੇ ਹਾਂ, ਅਤੇ ਜਦੋਂ ਉਹੋ ਹੀ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਆ ਅਤੇ ਉਸ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵੀ ਤੁਹਾਨੂੰ ਨਾਲ ਲੈ ਕੇ ਹੀ ਆਈਦਾ ਆ। ਸੋ ਆਰੀਅਨ ਦਿਓਲ ਬਹੁਤ ਹੀ ਪਿਆਰਾ ਬੱਚਾ, SMA Type 1 ਜਿਹੜੀ ਬਿਮਾਰੀ ਦੇ ਨਾਲ ਉਹ ਬੱਚਾ ਜੂਝ ਰਿਹਾ ਸੀ। $2.8 million ਇਕੱਠਾ ਕਰਨਾ ਸੀ। ਸਾਰੀ ਕਮਿਊਨਿਟੀ ਪੂਰੀ ਦੁਨੀਆ ਦੇ ਵਿੱਚ ਜਿੱਥੋਂ ਜਿੱਥੋਂ ਵੀ ਉਸ ਬੱਚੇ ਨੂੰ ਦਸਵੰਧ ਤੁਸੀਂ ਕੱਢ ਕੇ ਭੇਜਿਆ, ਦੁਆਵਾਂ ਦਿੱਤੀਆਂ, ਸਾਰਿਆਂ ਦਾ ਦਿਲੋਂ ਧੰਨਵਾਦ। ਉਸ ਬੱਚੇ ਦੀ ਟ੍ਰੀਟਮੈਂਟ ਸ਼ੁਰੂ ਹੋ ਗਈ ਆਰੀਅਨ ਦਿਓਲ ਦੀ। ਸੋ ਪਿੱਛੇ ਜੇ ਅਸੀਂ ਉਹਦਾ ਜਨਮ ਦਿਨ ਅਗਸਤ 'ਚ ਤੁਹਾਡੇ ਨਾਲ ਮਨਾਇਆ ਸੀ। ਸਤਿ ਸ਼੍ਰੀ ਅਕਾਲ ਜੀ, ਸੋ ਕਿਊਟ। ਕੌਣ ਕਹਿ ਸਕਦਾ ਸੀ ਕਿ ਇਹ ਨਿੱਕੀ ਜਿਹੀ ਮਾਸੂਮ ਜਿੰਦ ਇੰਨੀ ਭਿਆਨਕ ਬਿਮਾਰੀ ਨਾਲ ਜੂਝ ਰਹੀ ਹੈ। ਆਰੀਅਨ ਡਾਇਗਨੋਸ ਹੋਇਆ SMA Type 1 ਨਾਲ। ਫਿਰ ਅਸੀਂ ਜਾਣਿਆ ਕਿ ਕੀ ਹੁੰਦਾ ਇਸ ਬਿਮਾਰੀ 'ਚ। ਇਹਦੇ ਵਿੱਚ ਇੱਦਾਂ ਹੀ ਹੁੰਦਾ ਕਿ ਜੇ ਟ੍ਰੀਟਮੈਂਟ ਨਹੀਂ ਮਿਲਦਾ ਤਾਂ ਬੱਚਾ ਦਿਨੋਂ ਦਿਨ ਵੀਕ ਹੁੰਦਾ ਜਾਂਦਾ ਆ, ਤਾਂ ਫਿਰ ਹੌਲੀ ਹੌਲੀ ਬੱਚੇ ਨਹੀਂ ਬਚਦੇ ਹੈ। ਫਿਰ ਆਰੀਅਨ ਦੇ ਪੇਰੈਂਟਸ ਸਾਡੇ ਕੋਲ ਆਏ ਸੋ ਦੈਟ ਅਸੀਂ ਕਮਿਊਨਿਟੀ ਤੋਂ ਮਦਦ ਦੀ ਅਪੀਲ ਕਰੀਏ, ਤਾਂ ਕਿ ਨਾਮੁਮਕਿਨ ਜਿਹੀ ਦਿਸਦੀ ਇਹ ਕਰੀਬ 3 million ਦੀ ਅਮਾਊਂਟ ਇਸ ਦੇ ਇਲਾਜ ਲਈ ਪੂਰੀ ਹੋ ਸਕੇ। ਦੁਆਵਾਂ ਦੇਖੋ ਆਰੀਅਨ ਨੇ, ਮੈਨੂੰ ਲੱਗਦਾ ਜੇ ਇਹ ਡਿਸੀਜ਼ ਹੈਗੀ ਆ ਅਸੀਂ ਛੇਤੀ ਛੇਤੀ ਇਲਾਜ ਵੀ ਕਰਵਾ ਲੈਣਾ ਆ। ਦੁਆਵਾਂ ਬਹੁਤ ਮਿਲਣੀਆਂ ਨੇ ਆਰੀਅਨ ਨੂੰ। ਇਸ ਦਰਮਿਆਨ ਸਾਡੇ FIA ਮੀਡੀਆ ਦੇ ਸਾਰੇ ਚੈਨਲਸ 'ਤੇ ਆਰੀਅਨ ਦੇ ਇਲਾਜ ਲਈ ਵੱਧ ਤੋਂ ਵੱਧ ਕੰਟਰੀਬਿਊਸ਼ਨ ਲਈ ਪ੍ਰੋਮੋਸ ਅਪੀਲਸ ਜਾਰੀ ਰਹੀਆਂ। ਲੋਕ ਨਾਲ ਜੁੜਦੇ ਰਹੇ, ਜ਼ਰੂਰ ਇਹਨਾਂ ਨੂੰ ਕੁਛ ਦੇਣਾ ਚਾਹੀਦਾ। ਬਿਲਕੁਲ, ਹਾਂਜੀ, ਹੈ ਨਾ, ਦਾਨ ਦੇਈਏ ਜੀ, ਜ਼ਰੂਰ ਕਰਾਂਗੇ ਜੀ। ਜੀ, ਥੈਂਕ ਯੂ ਸੋ ਮਚ। ਸਾਡਾ TV ਦੇ ਉੱਤੇ ਨੰਬਰ ਵੀ ਆ ਰਹੇ ਹੈਗੇ ਨੇ, ਤੇ ਸ਼ੋਅ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਨਹੀਂ, ਤੁਹਾਨੂੰ ਕਾਲ ਹੀ ਕਰੀ ਸੀ ਬਈ, ਜਿੰਨੀ ਕਿ ਸਰਦਾ ਬੇਟਾ ਜ਼ਰੂਰ ਕਰਾਂਗੇ, ਮਹਾਰਾਜ ਜੀ ਉਹਨੂੰ ਤੰਦਰੁਸਤੀ ਦੇਵੇ। ਸਟੂਡੀਓ 'ਚ ਹਰ ਕਿਸੇ ਨੇ ਆ ਕੇ ਇਸ ਪਹਿਲ ਨੂੰ ਮੁਹਿੰਮ ਬਣਾਇਆ। ਈਵਨ ਹਜੇ ਇਲਾਜ ਨਹੀਂ ਹੋਇਆ, ਬਟ ਜਿਹੜੀ ਉਹਨਾਂ ਦੀ ਖੁਸ਼ੀ ਦੱਸਦੀ ਹੈ, ਉਹਨਾਂ ਦੇ ਕਿ ਐਕਸਪੈਕਟੇਸ਼ਨ ਆਸ ਹੋ ਗਈ ਆ, ਉਹ ਬਹੁਤ, ਉਹਦੇ ਵਾਸਤੇ ਬਹੁਤ ਤੁਹਾਡਾ ਧੰਨਵਾਦ ਹੋ ਤੁਹਾਡੇ ਸਾਰੇ TV ਸਟੇਸ਼ਨ ਸਟੂਡੀਓ ਦਾ। ਇਸ ਦਰਮਿਆਨ ਸਾਡੇ ਨਾਲ ਜੁੜੇ ਸਟਾਰਸ ਨੀਰੂ ਬਾਜਵਾ ਨੇ ਤਾਂ ਜਿਵੇਂ ਸੋਚ ਹੀ ਲਿਆ ਕਿ ਅਹਿਦ ਹੈ, ਇਸ ਨੂੰ ਪੂਰਾ ਕਰਨਾ ਹੈ। ਹਰ ਪਲ ਨੀਰੂ ਬਾਜਵਾ ਐਂਟਰਟੇਨਮੈਂਟ ਐਂਡ FII ਮੀਡੀਆ ਨਾਲ ਨਾਲ ਰਹੇ ਤੇ ਐਸੋਸੀਏਸ਼ਨ ਮਜ਼ਬੂਤ ਹੁੰਦੀ ਗਈ ਹੁੰਦੀ ਗਈ। ਸੋ ਥੈਂਕਫੁਲ ਕਿ ਤੁਸੀਂ ਸਾਰੇ ਉੱਥੇ ਮਤਲਬ ਸਪੋਰਟ ਕਰ ਰਹੇ ਹਾਂ, ਬੈਠੇ ਆ, ਆਰੀਅਨ ਇਜ਼ ਗਨ ਬੀ ਫਾਈਨ, ਆਈ ਐਮ ਸ਼ੋਰ ਆਫ ਇਟ। ਅਤੇ ਚਲੋ ਇੰਨੇ ਸਾਲ ਹੋ ਗਏ, ਕੁਛ ਤੱਕ ਸਮ ਟਰੱਸਟ ਇਨ ਯੂ ਗਾਈਜ਼, ਬਟ ਆਈ ਹੋਪ ਕਿ ਉਹਦਾ ਫਸਟ ਬਰਥਡੇ ਇਸ ਫਰਾਈਡੇ ਨੂੰ ਆ, ਸੋ ਜਸਟ ਥੋੜ੍ਹੇ ਹੋਰ ਪੈਸੇ ਜੇ ਪੂਰੇ ਹੋ ਜਾਣ ਤਾਂ ਦੈਟ ਵੁੱਡ ਬੀ ਦਾ ਬੈਸਟ ਗਿਫਟ ਆਰੀਅਨ ਲਈ। ਸਾਰਾ ਕ੍ਰੈਡਿਟ ਸਾਨੂੰ ਨਹੀਂ ਜਾਂਦਾ, ਬਾਕੀ ਮੀਡੀਆ ਚੈਨਲਸ ਵੀ ਇੱਕ ਹੋਏ। ਪਹਿਲਾਂ ਤਾਂ ਅੱਜ ਇੱਦਾਂ ਲੱਗਿਆ ਕਿ ਅਸੀਂ ਸਾਰੇ ਇੱਕ ਹੈਗੇ ਹਾਂ, ਇਹ ਨਹੀਂ ਕਿ ਅਸੀਂ ਇੱਕ ਦੂਜੇ ਦੇ ਰਾਈਵਲ ਹੈਗੇ ਹਾਂ ਜਾਂ ਅਸੀਂ ਇੱਕ ਦੂਜੇ ਦੇ ਆਪੋਜੀਸ਼ਨ ਦੇ ਵਿੱਚ ਹੈਗੇ ਹਾਂ ਜਾਂ ਮੀਡੀਆ 'ਚ ਕੰਮ ਕਰਦੇ ਹਾਂ ਜਾਂ ਦੂਜੇ ਮੀਡੀਆ 'ਚ ਕੋਈ ਕੰਮ ਕਰਦਾ। ਸੋ ਸਾਰੇ ਅੱਜ ਇੱਕ ਹੋ ਕੇ, ਸਾਰੀ ਕਮਿਊਨਿਟੀ ਇੱਕ ਹੋ ਕੇ ਆਰੀਅਨ ਦੇ ਲਈ ਅੱਗੇ ਆ ਰਹੀ ਹੈਗੀ ਆ। ਇਸ ਦਰਮਿਆਨ ਆਰੀਅਨ ਨੇ ਕਈ ਨਵੇਂ ਰਿਸ਼ਤੇ ਬਣਾਏ। ਜਿੱਦਾਂ ਭੈਣ ਜੀ ਉਹਨਾਂ ਨੇ ਦੱਸਿਆ ਵੀ ਹੁਣ ਉਹਦੇ ਨਵੇਂ ਨਵੇਂ ਰਿਸ਼ਤੇ ਬਣ ਰਹੇ ਆ, ਕੋਈ ਕਹਿੰਦਾ ਮੈਂ ਨਾਨਾ ਬੋਲਦਾ ਹੁੰਦਾ, ਕੋਈ ਕਹਿੰਦਾ ਮੈਂ ਦਾਦਾ ਬੋਲਦਾ, ਕੋਈ ਚਾਚਾ ਤਾਇਆ। ਸੋ ਬਹੁਤ ਵਧੀਆ ਲੱਗ ਰਿਹਾ ਜੀ, ਅੱਜ ਵੀ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਆ ਕੇ ਭਰਮਾ ਹੰਗਾਰਾ ਦਿੱਤਾ। ਅਤੇ ਹੁਣ ਉਹ ਜੋ ਪਹਿਲ ਕਰਦੇ ਨੇ ਅਤੇ ਇਸ ਵਾਰ ਵੀ ਕੀਤੀ, FII ਮੀਡੀਆ ਗਰੁੱਪ ਦੇ ਪ੍ਰੈਜ਼ੀਡੈਂਟ ਬਿਲ ਸੰਧੂ। ਮੈਂ ਤਾਂ ਇਹ ਕਹੂੰਗਾ ਕਿ ਮੇਰਾ ਸਿਰ ਝੁਕਦਾ ਹੈ ਆਪਣੀ ਕੌਮ ਦੇ ਅੱਗੇ, ਔਰ ਮੈਨੂੰ ਮਾਣ ਆ, ਮੈਂ ਪੰਜਾਬੀ ਹਾਂ। ਪਹਿਲੇ ਦਿਨ ਆਏ ਸੀ, ਮੈਂ ਇੱਕ ਦੋ ਦੋਸਤਾਂ ਨਾਲ ਗੱਲ ਕੀਤੀ, ਕਹਿੰਦੇ ਬਿੱਲੇ ਔਖਾ ਲੱਗਦਾ 3 million ਆਪਾਂ ਸਰਕਾਰਾਂ ਤੱਕ ਵੀ ਪਹੁੰਚ ਕਰੀਏ, ਪਰ ਮੈਨੂੰ ਲੱਗਦਾ ਹੈ ਕਿ ਜਿੱਥੇ ਪੰਜਾਬੀ ਆ ਉੱਥੇ ਕੁਛ ਵੀ ਔਖਾ ਨਹੀਂ। ਟੀਮ ਆਰੀਅਨ ਵਿੱਚ ਸਿਤਾਰੇ ਹੀ ਸਿਤਾਰੇ ਸਨ। ਸਾਰੀਆਂ ਸੰਸਥਾਵਾਂ ਵੀ ਮੂਹਰੇ ਆਈਆਂ ਨੇ, ਕਈ TV ਚੈਨਲ ਵੀ ਮੂਹਰੇ ਆਏ ਨੇ, ਜਿਸ ਤਰ੍ਹਾਂ ਸਾਂਝਾ TV ਬੜਾ ਵੱਡਾ ਉਦਮ ਕਰ ਰਿਹਾ, ਫੰਡ ਰੇਜ਼ਿੰਗ ਦੇ ਵਿੱਚ ਲੱਗੇ ਹੋਏ ਨੇ ਸਾਰੇ ਜਾਣੇ ਜੀ, ਨੀਰੂ ਬਾਜਵਾ ਹੋਣੀ ਸਾਰੇ ਆਪਣੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ। ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਵੀ ਜੇ ਉਹ ਨਿੱਕੀ ਜਿੰਦ ਦਾ ਸਫਲ ਇਲਾਜ ਹੋਊਗਾ ਤਾਂ ਉਹ ਪੈਸਿਆਂ ਨਾਲ ਹੋਣਾ ਜੀ। ਆਪਾਂ ਸਾਰੇ ਜਾਣੇ ਰਲ ਕੇ ਹੰਬਲਾ ਮਾਰੀਏ
ਫੰਡ ਰੇਜ਼ਿੰਗ ਦੇ ਵਿੱਚ ਲੱਗੇ ਹੋਏ ਆ ਸਾਰੇ ਜਾਣੇ ਜੀ। ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਦਸਮ ਸੌਂਦ ਆਪਾਂ ਵੈਸੇ ਵੀ ਕੱਢਦੇ ਹਾਂ, ਜਿੰਨਾ ਕੁ ਹੋ ਸਕਦਾ ਆਪਣੇ ਵੱਲੋਂ ਜ਼ਰੂਰ ਆਪਾਂ ਕੋਸ਼ਿਸ਼ ਕਰੀਏ ਇਹ ਨਿੱਕੀ ਜਿਹੀ ਜਿੰਦ ਦਾ ਸਫਲ ਇਲਾਜ ਕਰਾ ਸਕੀਏ। ਕੈਸੇ ਝੁਕੇ ਆਰਜ਼ੂ ਕੈਸੇ ਰੁਕੇ, ਮੰਜ਼ਿਲ ਮੁਸ਼ਕਿਲ ਤੋ ਕਿਆ, ਧੁੰਦਲਾ ਸਾਹਿਲ ਤੋ ਕਿਆ, ਤਨਹਾ ਏ ਦਿਲ ਤੋ ਕਿਆ ਹੋ। ਨੀਰੂ ਬਾਜਵਾ ਰੁਕੇ ਨਹੀਂ। ਅੱਜ ਮੈਂ ਸਾਂਝਾ ਟੀ ਵੀ FYI ਮੀਡੀਆ ਨਾਲ ਮਿਲ ਕੇ ਆਰਿਅਨ ਲਈ ਫੰਡਰੇਜ਼ਰ ਕਰ ਰਹੇ ਹਾਂ, ਲਾਈਵ ਚੱਲ ਰਿਹਾ। ਖੁਸ਼ੀ ਤਾਂ ਹੋਈ ਜਦ ਅਸੀਂ ਹੌਸਲੇ ਮਜ਼ਬੂਤ ਕਰਨ ਵਿੱਚ ਸਫਲ ਰਹੇ। ਹਾਂਜੀ, ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਇੰਨੀ ਜਿੱਦਾਂ ਹੋਪ ਨਹੀਂ ਸੀ, 10-15 ਕੁ ਦਿਨ ਪਹਿਲਾਂ ਬੜਾ ਮਨ ਡੋਲਿਆ ਸੀਗਾ ਵੀ ਇੱਥੇ ਤੱਕ ਪਹੁੰਚ ਵੀ ਸਕਾਂਗੇ, ਕਿੱਦਾਂ ਹੋਊਗਾ, ਕਿੱਦਾਂ ਹੋਊਗੀ ਆਰੀਅਨ ਦੇ ਫਿਊਚਰ ਨੂੰ ਲੈ ਕੇ ਬੜਾ ਸੀਗੇ ਮਨ 'ਚ ਸਵਾਲ ਸੀਗੇ, ਹੈ ਨਾ, ਬੜਾ ਕੁਛ ਸੋਚਦੇ ਹੁੰਦੇ ਸੀ। ਪਰ ਅੱਜ ਇੱਦਾਂ ਲੱਗਦਾ ਵੀ ਇੰਨਾ ਸਾਥ ਦੇ ਰਹੀ ਹੈ ਕਮਿਊਨਿਟੀ, ਇੰਨਾ ਸਾਥ ਦੇ ਦਿੱਤਾ ਦੁੱਖ ਦੇ ਵਿੱਚ, ਅਤੇ ਇੰਨੇ ਟੁੱਟੇ ਹੋਏ ਸੀ, ਕੋਈ ਸਹਾਰਾ ਹੀ ਨਹੀਂ ਸੀ ਦਿਖਦਾ। ਪਰ ਹੁਣ ਮੈਨੂੰ ਲੱਗਦਾ ਵੀ ਨਹੀਂ, ਇੰਨੀਆਂ ਅਰਦਾਸਾਂ ਅਤੇ ਇੰਨੀ ਸਭ ਦੀ ਮਿਹਨਤ ਆ ਜਿਹੜੀ ਉਹ ਰੰਗ ਲਿਆਏਗੀ, ਅਤੇ ਜ਼ਰੂਰ ਆਰੀਅਨ ਠੀਕ ਹੋ ਗਿਆ, ਸੈਕਿੰਡ ਬਰਥਡੇ ਅਸੀਂ ਵਧੀਆ ਮਨਾਵਾਂਗੇ, ਹੁਣ ਮੈਂ ਇਮੋਸ਼ਨਲ ਨਹੀਂ ਹੋਣਾ। ਫਿਰ ਆਇਆ ਆਰੀਅਨ ਦਾ ਫਸਟ ਬਰਥਡੇ, ਅਤੇ ਸਾਡੇ ਬਲਜਿੰਦਰ ਜੀ ਪਹੁੰਚ ਗਏ ਗਿਫਟਸ ਅਤੇ ਬਲੂਨਸ ਦੇ ਨਾਲ। ਅੱਜ ਸਾਡੇ ਆਰੀਅਨ ਦਿਓਲ ਦਾ ਬਰਥਡੇ ਆ। ਹੈਪੀ ਬਰਥਡੇ, ਥੈਂਕ ਯੂ, ਯੂ ਲੁੱਕ ਸੋ ਕਿਊਟ। ਵੇਖੋ ਤਾਂ ਸਹੀ ਆਰੀਅਨ ਦੇ ਪਿਤਾ ਦੀ ਖੁਸ਼ੀ। ਨਹੀਂ ਨਹੀਂ, ਬਹੁਤ ਸਪੈਸ਼ਲ ਮਹਿਸੂਸ ਹੁੰਦਾ ਵੀ ਪਤਾ ਨਹੀਂ ਕਿੱਥੋਂ ਮੈਸੇਜ ਆਉਣ ਡਿਆ ਆ, ਕਿਹਨਾਂ ਜਾਣਦੇ ਵੀ ਨਹੀਂ ਲੋਕਾਂ ਨੂੰ ਵੀ ਉਹ ਵੀ ਬਹੁਤ ਫੋਨ ਕਾਲਾਂ ਆਈ ਜਾਂਦੀਆਂ, ਹੈਪੀ ਬਰਥਡੇ ਵਿਸ਼ ਵੀ ਜਾਂਦਾ ਸਾਰੇ ਪਾਸੇ। ਇਸ ਕਹਾਣੀ ਵਿੱਚ ਆਰੀਅਨ ਲਈ ਅਮਾਊਂਟ ਇਕੱਠੀ ਹੋ ਗਈ, ਅਤੇ ਆਰੀਅਨ ਦੇ ਇਲਾਵਾ ਹੀਰੋ ਰਹੀ ਪੂਰੀ ਕਮਿਊਨਿਟੀ। ਪਤਾ ਲੱਗਿਆ ਕਿ ਏਕੇ ਵਿੱਚ ਕਿੰਨਾ ਦਮ ਹੈ। ਹੈਪੀ ਬਰਥਡੇ ਟੂ ਯੂ। ਅਤੇ ਅੱਜ ਤੁਸੀਂ ਪਿਛਲੇ ਪਾਸੇ ਦੇਖ ਰਹੇ ਹੋ ਕਿ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਆ। ਹੈਲੋਵੀਨ, ਹੈਲੋਵੀਨ ਵੀ ਇੱਕ ਜਿਵੇਂ ਬੱਚਿਆਂ ਨੂੰ ਲੋਹੜੀ ਮੰਗਣ ਦਾ ਚਾਅ ਹੁੰਦਾ ਨਾ, ਸੋ ਇਸੇ ਤਰ੍ਹਾਂ ਇੱਥੇ ਦੇ ਜਦੋਂ ਅਸੀਂ ਦੇਖਦੇ ਹਾਂ ਰੀਤੀ ਰਿਵਾਜ਼ ਆ, ਇੱਥੇ ਦੇ ਟ੍ਰੈਡੀਸ਼ਨਸ ਆ, ਅਸੀਂ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਲੋਕ ਹੈਲੋਵੀਨ ਨੂੰ ਬੜੇ ਵੱਡੇ ਲੈਵਲ 'ਤੇ ਮਨਾਉਂਦੇ ਆ। ਤੁਸੀਂ ਦੇਖ ਸਕਦੇ ਹੋ ਪੀਲੇ ਰੰਗ ਦੇ ਵੱਡੇ ਵੱਡੇ ਕੱਦੂ, ਪੰਪਕਿਨ ਜਿਹਨਾਂ ਨੂੰ ਕਿਹਾ ਜਾਂਦਾ, ਦਰਵਾਜ਼ੇ ਦੇ ਅੱਗੇ ਸਜਾ ਕੇ ਰੱਖੇ ਜਾਂਦੇ ਆ, ਸੋ ਭੂਤ ਪ੍ਰੇਤਾਂ ਦਰਵਾਜ਼ਿਆਂ 'ਤੇ ਲਾਈਆਂ ਜਾਂਦੀਆਂ। ਸੋ ਅੱਜ ਅਸੀਂ ਸੋਚਿਆ ਹੈਲੋਵੀਨ ਆ, ਨਾਲੇ ਤਾਂ ਅਸੀਂ ਆਰੀਅਨ ਦੇ ਨਾਲ ਥੋੜ੍ਹਾ ਜਿਹਾ ਸਮਾਂ ਬਤੀਤ ਕਰਕੇ ਆਉਂਦੇ ਹਾਂ, ਅਤੇ ਨਾਲੇ ਅਸੀਂ ਆਰੀਅਨ ਦੀ ਜਿਹੜੀ ਜਰਨੀ ਆ ਕਿਵੇਂ ਚੱਲ ਰਹੀ ਹੈਗੀ ਆ, ਟ੍ਰੀਟਮੈਂਟ ਕਿਵੇਂ ਚੱਲ ਰਹੀ ਹੈਗੀ ਆ, ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਆਓ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਅਤੇ ਗੱਲਬਾਤ ਅਸੀਂ ਆਰੀਅਨ ਦੇ ਪਰਿਵਾਰ ਦੇ ਨਾਲ ਕਰਦੇ ਹਾਂ। ਸੋ ਤੁਸੀਂ ਕਿਤੇ ਨਹੀਂ ਜਾਣਾ, ਮੇਰੇ ਨਾਲ ਅਸੀਂ ਤੁਹਾਨੂੰ ਆਰੀਅਨ ਦੇ ਨਾਲ ਮਿਲਾਉਣ ਲੈ ਕੇ ਚੱਲਦੇ ਹਾਂ ਜੀ। ਸੋ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ ਕਿ ਅੱਜ ਬਹੁਤ ਹੀ ਪਿਆਰੇ ਜਿਹੇ ਗੈਸਟ ਦੇ ਨਾਲ ਅਸੀਂ ਤੁਹਾਨੂੰ ਮਿਲਾਉਣਾ, ਤੁਸੀਂ ਸਾਰੇ ਜਾਣਦੇ ਹੋ, ਸੋ ਤੁਹਾਡਾ ਸਾਰਿਆਂ ਦਾ ਪਿਆਰਾ ਆ, ਬਹੁਤ ਸਾਰੀਆਂ ਆਸ਼ੀਰਵਾਦ, ਤੁਸੀਂ ਬਹੁਤ ਸਾਰਾ ਪਿਆਰ ਇਸ ਬੱਚੇ ਨੂੰ ਦਿੱਤਾ, ਢੇਰ ਸਾਰੀਆਂ ਦੁਆਵਾਂ ਪੂਰੀ ਦੁਨੀਆ ਤੋਂ ਘੱਲੀਆਂ ਸੀ। ਸੋ ਤੁਹਾਡੀਆਂ ਦੁਆਵਾਂ ਦੇ ਸਦਕੇ ਸਾਡਾ ਆਰੀਅਨ ਦਿਓਲ ਸਾਡਾ ਅੱਜ ਸਾਡੇ ਨਾਲ ਆ। ਸੋ ਹੈਲੋਵੀਨ ਦਾ ਕੱਲ੍ਹ ਦਿਨ ਹੈਗਾ ਆ, ਪਰ ਅੱਜ ਆਉਣ ਦਾ ਮਕਸਦ ਇਹ ਸੀ ਕਿ ਅਸੀਂ ਆਰੀਅਨ ਦੇ ਪਰਿਵਾਰ ਦੇ ਨਾਲ ਥੋੜ੍ਹੀਆਂ ਜਿਹੀਆਂ ਬੈਠ ਕੇ ਗੱਲਾਂ ਕਰੀਏ ਕਿ ਆਰੀਅਨ ਦੀ ਟ੍ਰੀਟਮੈਂਟ ਕਿਵੇਂ ਚੱਲ ਰਹੀ ਹੈਗੀ ਆ, ਅਤੇ ਆਰੀਅਨ ਦਾ ਕੀ ਹਾਲ ਚਾਲ ਆ। ਸੋ ਅੱਜ ਹੁਣ ਅਸੀਂ ਤੁਹਾਨੂੰ ਮਿਲਾਉਂਦੇ ਹਾਂ, ਬਹੁਤਾ ਟਾਈਮ ਨਹੀਂ ਲਾਉਂਦੇ। ਸੋ ਸਤਿ ਸ਼੍ਰੀ ਅਕਾਲ ਹਰਪ੍ਰੀਤ ਤੁਹਾਨੂੰ, ਅਤੇ ਗਗਨਪ੍ਰੀਤ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਆਰੀਅਨ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਕੋਂਗਰੈਚੁਲੇਸ਼ਨ, ਵਧਾਈਆਂ ਬਹੁਤ ਬਹੁਤ ਕਿ ਵਾਹਿਗੁਰੂ ਨੇ ਜੋ ਵੀ ਤੁਸੀਂ ਸੋਚਿਆ ਸੀ ਇਸ ਬੱਚੇ ਲਈ ਪੂਰੀ ਕਮਿਊਨਿਟੀ ਨੇ ਸਾਥ ਦਿੱਤਾ, ਅਤੇ ਅੱਜ ਹੱਸਦਾ ਖੇਡਦਾ ਪਰਿਵਾਰ ਸਾਡੇ ਸਾਹਮਣੇ ਆ। ਜੇ ਅੱਜ ਤੋਂ ਅਸੀਂ 2-3 ਮਹੀਨੇ ਪਿੱਛੇ ਦੇਖੀਏ ਤਾਂ ਬਹੁਤ ਜ਼ਿਆਦਾ ਪਰਿਵਾਰ ਦੇ ਵਿੱਚ ਸੀਗਾ, ਅਸੀਂ ਉਸ ਟਾਈਮ ਦੇ ਨਾਲ ਤੁਹਾਡੇ ਨਾਲ ਗੁਜ਼ਰੇ ਹੈਗੇ ਉਸ ਘੜੀ ਦੇ ਵਿੱਚ, ਪਰ ਅੱਜ ਬੜਾ ਚੰਗਾ ਲੱਗਦਾ ਦੇਖ ਕੇ। ਸੋ ਦੱਸੋ ਸਾਨੂੰ ਆਰੀਅਨ ਦਾ ਕਿਵੇਂ ਟ੍ਰੀਟਮੈਂਟ ਚੱਲ ਰਿਹਾ ਆ, ਕਿਹੜੀ ਟ੍ਰੀਟਮੈਂਟ ਹੋ ਗਈ, ਕਿੰਨੇ ਕੁ ਦਿਨ ਹੋ ਗਏ ਆ, ਅਤੇ ਕੀ ਪ੍ਰੋਗਰੈਸ ਆ ਆਰੀਅਨ ਦੇ? ਹਾਂਜੀ, ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਵੀ ਮਤਲਬ ਇੰਨੇ ਸਹਿਯੋਗ ਨਾਲ, ਇੰਨੇ ਪਿਆਰ ਨਾਲ, ਹੈ ਨਾ, ਜੋ ਕੁਛ ਅਸੀਂ ਆਪਾਂ ਸੋਚਿਆ ਸੀ ਸਾਰਿਆਂ ਨੇ ਉਹ ਹੋ ਗਿਆ ਆ। ਜਿੱਦਾਂ 23 ਸਪਟੰਬਰ ਨੂੰ ਟ੍ਰੀਟਮੈਂਟ ਹੋ ਗਿਆ ਸੀ, ਤਾਂ ਟ੍ਰੀਟਮੈਂਟ ਇੱਕ ਵਾਰੀ ਹੋਣਾ ਸੀ,
ਅਤੇ ਮਤਲਬ ਇੱਕ ਘੰਟੇ ਦੇ ਵਿੱਚ ਵਿੱਚ ਜਿੱਦਾਂ ਆਈ ਵੀ ਥਰੂ ਮੈਡੀਸਨ ਸੀ ਜਿਹੜੀ ਉਹ ਇਹਨੂੰ ਲਗਾਈ ਗਈ ਤਾਂ ਉਹ ਤੋਂ ਬਾਅਦ ਦੋ ਤਿੰਨ ਵੀਕ ਬੋਡੀ ਨੇ ਰਿਐਕਟ ਕੀਤਾ ਜਿੱਦਾਂ ਫੀਵਰ ਹੁੰਦਾ ਰਿਹਾ ਥੋੜ੍ਹਾ ਹੋਰ ਵੀ ਰਿਐਕਟ ਹੁੰਦੇ ਰਹੇ ਬੋਡੀ ਦੇ ਵਿੱਚ ਹੁਣ ਠੀਕ ਆ ਹੁਣ ਸਟੇਬਲ ਆ ਅਤੇ ਹੁਣ ਆਲਮੋਸਟ 5 ਵੀਕ ਹੋ ਗਿਆ ਟ੍ਰੀਟਮੈਂਟ ਨੂੰ ਅਤੇ ਹਾਂਜੀ ਠੀਕ ਆ ਹੁਣ ਦੈਟਸ ਵੈਰੀ ਨਾਈਸ ਅਤੇ ਗਗਨਪ੍ਰੀਤ ਪਹਿਲਾਂ ਤਾਂ ਤੁਸੀਂ ਦਸਤਾਰ ਸਜਾਈ ਆ ਬਹੁਤ ਸੋਹਣੇ ਲੱਗਦੇ ਆ ਸੋ ਤੁਹਾਨੂੰ ਇਹਦੇ ਲਈ ਵੀ ਮੁਬਾਰਕਾਂ ਅਤੇ ਤੁਸੀਂ ਹੁਣ ਜਦੋਂ ਅਸੀਂ ਆਰੀਅਨ ਦੀ ਗੱਲ ਕਰਦੇ ਹਾਂ ਤਾਂ ਮੈਂ ਬਹੁਤ ਪ੍ਰੋਗਰੈਸ ਦੇਖ ਰਹੀ ਹਾਂ ਜਿਵੇਂ ਦੱਸੋ ਸਾਨੂੰ ਕਿ ਪਹਿਲਾਂ ਤਾਂ ਧੌਣ ਨਹੀਂ ਸੀ ਆਪਣੇ ਆਪ ਸਾਂਭਦਾ ਅਤੇ ਹੁਣ ਥੋੜ੍ਹੀ ਥੋੜ੍ਹੀ ਸਟੇਬਲ ਹੋ ਰਹੀ ਆ ਨਾ ਹਾਂਜੀ ਹਾਂ ਬਿਲਕੁਲ ਪਹਿਲਾਂ ਤਾਂ ਜਿੱਦਾਂ ਇੱਦਾਂ ਤੁਸੀਂ ਵੀ ਜਦੋਂ ਆਪਾਂ ਵੀਡੀਓ ਸ਼ੂਟ ਪਹਿਲਾਂ ਵੀ ਕਰਦੇ ਹੁੰਦੇ ਸੀਗੇ ਧੌਣ ਨੂੰ ਹਮੇਸ਼ਾ ਆਸਰਾ ਦੇਣਾ ਪੈਂਦਾ ਹੁੰਦਾ ਸੀਗਾ ਅਤੇ ਇੱਦਾਂ ਤਾਂ ਕਦੀ ਵੀ ਨਹੀਂ ਹੁੰਦਾ ਸੀ ਪਰ ਹੁਣ ਉਹ ਤੋਂ ਬਾਅਦ 'ਚ ਜਿੱਦਾਂ ਵਾਹਿਗੁਰੂ ਦੀ ਕਿਰਪਾ ਆ ਵੀ ਧੌਣ ਨੂੰ ਹੈੱਡ ਕੰਟਰੋਲ ਨੂੰ ਬਹੁਤ ਜ਼ਿਆਦਾ ਫਰਕ ਆ ਅਤੇ ਬਹਿ ਵੀ ਜਾਂਦਾ ਕੁਛ ਕੁ ਸਕਿੰਟ ਬਹਿੰਦਾ ਵੀ ਆ ਅਤੇ ਲੱਤਾਂ ਵੀ ਥੋੜ੍ਹੀਆਂ ਥੋੜ੍ਹੀਆਂ ਕਿੱਕ ਕਰਦਾ ਆ ਅਤੇ ਉੱਦਾਂ ਵੀ ਕਈ ਕੁਛ ਹੀ ਆ ਸਾਨੂੰ ਤਾਂ ਇਹਦਾ ਮਾੜਾ ਜਿਹਾ ਜੇ ਪੈਰ ਦੇ ਅੰਗੂਠਾ ਵੀ ਵੱਧ ਹਿਲਾ ਦਿੰਦਾ ਸਾਨੂੰ ਤਾਂ ਉਹ ਵੀ ਨੋਟਿਸ ਹੁੰਦਾ ਹੈ ਨਾ ਅਤੇ ਸਾਨੂੰ ਲੱਗਦਾ ਆ ਵੀ ਵਾਹਿਗੁਰੂ ਦੀ ਕਿਰਪਾ ਹੋ ਰਹੀ ਆ ਅਤੇ ਮੋੜ ਪੈ ਰਿਹਾ ਆ ਹਾਂਜੀ ਸੋ ਸਲੋ ਸਲੋ ਸਾਰਾ ਕੁਛ ਹੋ ਰਿਹਾ ਹੈਗਾ ਆ ਪਰ ਡਾਕਟਰਸ ਕੀ ਕਹਿ ਰਹੇ ਹੈਗੇ ਆ ਕਿੰਨਾ ਕੁ ਟਾਈਮ ਇਹ ਜਦੋਂ ਇਹੋ ਜਿਹੀ ਟ੍ਰੀਟਮੈਂਟ ਬੱਚੇ ਨੂੰ ਮਿਲਦੀ ਆ ਅਤੇ ਉਹਦੀ ਜਿਹੜੀ ਪ੍ਰੋਗਰੈਸ ਆ ਕਿੰਨੀ ਕੁ ਸਲੋ ਚੱਲਦੀ ਆ ਕਿੰਨਾ ਕੁ ਸਮਾਂ ਲੱਗਦਾ ਉਸ ਬੱਚੇ ਨੂੰ ਆਮ ਬੱਚਿਆਂ ਵਾਂਗ ਨੋਰਮਲ ਹੋਣ ਲਈ ਡਾਕਟਰਸ ਤਾਂ ਜਿੱਦਾਂ ਜਿੰਨਾ ਕੁ ਸਾਨੂੰ ਪਤਾ ਐਵੇਂ ਕਹੀਏ ਉਨਾ ਕੁ ਡਾਕਟਰਸ ਨੂੰ ਵੀ ਪਤਾ ਕਿਉਂਕਿ ਉਹ ਡਾਕਟਰ ਜੇ ਪਤਾ ਵੀ ਹੋਵੇ ਨਾ ਕਿਉਂਕਿ ਉਹ ਕੈਨੇਡਾ 'ਚ ਅਪਰੂਵ ਨਹੀਂ ਹੈਗੀ ਚੀਜ਼ ਉਹਦੇ ਬਾਰੇ ਜ਼ਿਆਦਾ ਐਲੈਬੋਰੇਟ ਨਹੀਂ ਕਰਦੇ ਉਹ ਖੁੱਲ੍ਹ ਕੇ ਦੱਸਦੇ ਨੇਗੇ ਜਾਂ ਉਹ ਪਤਾ ਨਹੀਂ ਦੱਸਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਵੀ ਪਤਾ ਨੀਗਾ ਕਿਉਂਕਿ ਇੱਕ ਟ੍ਰੀਟਮੈਂਟ ਵੀ ਇਹ ਨਵਾਂ ਹੈ ਨਾ 2019 'ਚ ਆਇਆ ਜ਼ਿਆਦਾ ਇਹਦੇ ਬਾਰੇ ਪਤਾ ਨੀਗਾ ਸਾਰਿਆਂ ਨੂੰ ਅਤੇ ਉਹ ਡਾਕਟਰਸ ਤਾਂ ਇਹੋ ਹੀ ਕਹਿੰਦੇ ਵੀ ਇੱਕ ਹਰੇਕ ਬੱਚੇ 'ਤੇ ਇਹ ਡਿਫਰੈਂਟਲੀ ਰਿਐਕਟ ਕਰਦਾ ਆ ਕਿਸੇ ਬੱਚੇ 'ਤੇ ਕਿਸੇ ਤਰ੍ਹਾਂ ਕਿਸੇ 'ਤੇ ਕਿਸੇ ਤਰ੍ਹਾਂ ਉਹ ਜਿੱਦਾਂ ਅਸੀਂ ਜੋ ਸਟੱਡੀਜ਼ ਕੀਤੀਆਂ ਸੀਗੀਆਂ ਸਾਰੀਆਂ ਉਹਦਾ 'ਤੇ ਤਾਂ ਸਾਨੂੰ ਇਹੋ ਹੀ ਪੜ੍ਹਨ ਨੂੰ ਮਿਲਿਆ ਸੀਗਾ ਵੀ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਇਹਦਾ ਅਸਰ ਸ਼ੁਰੂ ਹੁੰਦਾ ਹੈ ਨਾ ਅਤੇ ਪਰ ਵਾਹਿਗੁਰੂ ਦੀ ਕਿਰਪਾ ਸਾਨੂੰ ਪਹਿਲਾਂ ਹੀ ਲੱਗਣਾ ਸ਼ੁਰੂ ਹੋ ਰਿਹਾ ਆ ਵੀ ਲੱਗਦਾ ਆ ਵੀ ਹੋ ਰਿਹਾ ਆ ਅਤੇ ਬਾਕੀ ਡਾਕਟਰਸ ਨਹੀਂ ਕੁਛ ਨਹੀਂ ਡਾਕਟਰਸ ਨਹੀਂ ਕੁਛ ਵੀ ਕਹਿੰਦੇ ਹੈਗੇ ਅਤੇ ਅਸੀਂ ਜਦੋਂ ਹਰਪ੍ਰੀਤ ਗੱਲ ਕਰਦੇ ਹਾਂ ਮਾਂ ਬੱਚੇ ਦੇ ਬਹੁਤ ਜ਼ਿਆਦਾ ਕਲੋਜ਼ ਹੁੰਦੀ ਹੈ ਜਿਵੇਂ ਗਗਨਪ੍ਰੀਤ ਤਾਂ ਕੰਮ 'ਤੇ ਚਲੇ ਜਾਂਦੇ ਆ ਤੁਸੀਂ ਪਹਿਲਾਂ ਵੀ ਬਹੁਤ ਸਮਾਂ ਆਰੀਅਨ ਦੇ ਨਾਲ ਹੀ ਮੋਸਟ ਰਹੇ ਹੈਗੇ ਆ ਸਾਰਾ ਤੁਸੀਂ ਇਹਨਾਂ ਦੀ ਟੇਕ ਕੇਅਰ ਕਰਦੇ ਸੀ 24/7 ਅਤੇ ਇੱਕ ਮਾਂ ਜਦੋਂ ਬੱਚੇ ਨੂੰ ਦੇਖਦੀ ਆ ਉਹਨੂੰ ਹਰ ਇੱਕ ਪਲ ਦਾ ਅਹਿਸਾਸ ਹੁੰਦਾ ਆਪਣੇ ਬੱਚੇ ਦਾ ਸੋ ਤੁਹਾਨੂੰ ਕੀ ਮਹਿਸੂਸ ਹੁੰਦਾ ਅੱਜ ਆਰੀਅਨ ਨੂੰ ਗੋਦੀ 'ਚ ਬਿਠਾਲ ਕੇ ਹਾਂਜੀ ਜਿੱਦਾਂ ਬਹੁਤ ਵਧੀਆ ਲੱਗਦਾ ਜਦੋਂ ਥੋੜ੍ਹਾ ਜਿਹਾ ਵੀ ਫਰਕ ਪੈਂਦਾ ਥੋੜ੍ਹੀ ਜਿਹੀ ਵੀ ਇੰਪਰੂਵਮੈਂਟ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਆ ਹੈ ਨਾ ਥੋੜ੍ਹਾ ਜਿਵੇਂ ਹੁਣ ਲੈਗ ਮੂਵਮੈਂਟ ਵੀ ਵੱਧ ਗਈਆਂ ਜਦੋਂ ਥੋੜ੍ਹਾ ਮਤਲਬ ਹੇਠਾਂ ਵੀ ਜਾਂ ਉਹ ਲੰਮੇ ਪਾਉਂਦੇ ਹਾਂ ਤਾਂ ਵੀ ਵੱਧ ਆ ਹੈ ਨਾ ਕੋਈ ਚੀਜ਼ ਦੀ ਗ੍ਰਿਪਿੰਗ ਵੀ ਥੋੜ੍ਹੀ ਜਿੱਦਾਂ ਅੱਗੇ ਨਾਲੋਂ ਵੱਧ ਆ ਜਿੱਦਾਂ ਜ਼ਿਆਦਾ ਨਹੀਂ ਕਹਿ ਸਕਦੇ 10% ਮੈਂ ਕਹਿ ਸਕਦੀ ਹਾਂ ਅਤੇ ਖੁਸ਼ੀ ਹੁੰਦੀ ਆ ਬਹੁਤ ਅਤੇ ਪਰ ਜਿੱਦਾਂ ਹਲੇ ਬਹੁਤ ਲੰਮਾ ਸਮਾਂ ਪਿਆ ਆ ਹੈ ਨਾ ਬਹੁਤ ਲੌਂਗ ਵੇ ਟੂ ਗੋ ਆ ਹੈ ਨਾ ਮਤਲਬ ਉਸ ਪਾਸੇ ਸੋਚ ਕੇ ਕਈ ਵਾਰੀ ਇੱਦਾਂ ਵੀ ਲੱਗਦਾ ਆ ਪਰ ਹੋ ਪਿਆ ਹੁਣ ਤੇ ਫੀਡਿੰਗ ਕਰਨੀ ਜਾਂ ਸੌਣ ਦੇ ਵਿੱਚ ਜਾਂ ਇਹਦਾ ਬਾਕੀ ਰੂਟੀਨ ਦੇ ਵਿੱਚ ਚੇਂਜ ਆਈ ਹੈ ਜਾਂ ਪਹਿਲਾਂ ਵਾਂਗ ਤੁਹਾਨੂੰ ਆਪ ਹੀ ਫੀਡ ਕਰਨਾ ਪੈਂਦਾ ਸਾਰਾ ਕੁਝ ਨਹੀਂ ਸੇਮ ਹੀ ਆ ਫੀਡਿੰਗ ਹਲੇ ਕਿਉਂਕਿ ਜਿਹੜੇ ਕਹਿੰਦੇ ਫੀਡਿੰਗ ਦੇ ਮਸਲ ਹੁੰਦੇ ਆ ਸਵਾਲੋ ਮਸਲ ਹੁੰਦੇ ਆ ਉਹ ਬਹੁਤ ਹੀ ਹੌਲੀ ਹੌਲੀ ਇੰਪਰੂਵ ਹੁੰਦੇ ਆ ਉਹ ਹੁਣ ਕੁਛ ਬੱਚਿਆਂ ਜਿਨ੍ਹਾਂ ਨਾਲ ਹੋਇਆ ਲੱਗਾ ਸੀ ਜਿਨ੍ਹਾਂ ਨੂੰ ਜੁਲਜਾਂਜ਼ਮਾਂ ਤਾਂ ਉਹਨਾਂ ਨਾਲ ਗੱਲ ਹੋਈ ਸੀ 6-7 ਮੰਥ ਲੱਗੇ ਉਹਨਾਂ ਦੀ ਇੰਪਰੂਵਮੈਂਟ ਨੂੰ ਸਵਾਲੋ ਨੂੰ ਤਾਂ ਜਿੱਦਾਂ ਬਾਕੀ ਬਰੀਦਿੰਗ ਨੂੰ ਵੀ ਇੱਦਾਂ ਹੀ ਟਾਈਮ ਲੱਗੇਗਾ ਬਾਕੀ ਹਰ ਬੱਚੇ ਦੀ ਬੋਡੀ ਆ ਪਰ ਪਹਿਲਾਂ ਨਾਲੋਂ ਈਜ਼ੀ ਹੋ ਗਿਆ ਥੋੜਾ ਜਿਹਾ ਬਰੀਦਿੰਗ ਵਗੈਰਾ ਲਈ ਜਿਵੇਂ ਹੁਣ ਵੀ ਆਪਾਂ ਗੱਲਾਂ ਕਰਨ ਤੋਂ ਪਹਿਲਾਂ ਵੀ ਜਦੋਂ ਆਪਾਂ ਬੈਠੇ ਸੀ ਬੁਲਾ ਰਹੇ ਸੀ ਰਿਐਕਟ ਕਰਦਾ ਥੋੜਾ ਥੋੜਾ ਹੁੰਗਾਰੇ ਵੀ ਭਰਦਾ ਹੈਗਾ ਹੁੰਗਾਰੇ ਵੀ ਦਿੰਦਾ ਗੱਲਾਂ ਦੇ ਹਾਂਜੀ ਹੁਣ ਜਿੱਦਾਂ ਇਹਦੀ ਵੌਇਸ ਵੀ ਜਿਹੜੀ ਆ ਬਾਜ ਵੀ ਆ ਉਹ ਵੀ ਸਟਰੋਂਗ ਹੋਈ ਆ ਅਤੇ ਇੱਕ ਅੱਗੇ ਇੱਕ ਥੋੜੀ ਖੰਘ ਜਿਹੜੀ ਹੁੰਦੀ ਸੀਗੀ ਉਹ ਵੀ ਬਹੁਤ ਸੋਫਟ ਜਿਹੀ ਹੁੰਦੀ ਸੀਗੀ ਖੰਘ ਵੀ ਸਟਰੋਂਗ ਹੋਈ ਆ ਜਿੱਦਾਂ ਉਹ ਇਹਦਾ ਮਤਲਬ ਵੀ ਉਹ ਵੀ ਮਸਲ ਡਿਵੈਲਪ ਹੋਣ ਡਏ ਆ ਤਾਂ ਕਰਕੇ ਇਹਦੇ ਖੰਘ ਜਾਂ ਆਵਾਜ਼ 'ਚ ਵੀ ਥੋੜ੍ਹਾ ਜਿਹਾ ਵੱਧ ਆ ਜਿੱਦਾਂ ਜੀ ਹਾਂਜੀ ਜਦੋਂ ਸਾਡਾ ਸਫ਼ਰ ਚੱਲਦਾ ਹੁੰਦਾ ਗਗਨਪ੍ਰੀਤ ਅਸੀਂ ਜਦੋਂ ਕੋਈ ਫੰਡਿੰਗ ਇਕੱਠੀ ਕਰਦੇ ਹਾਂ ਸੋ ਬਹੁਤ ਕੁਛ ਸਾਨੂੰ ਸੁਣਨਾ ਚੰਗਾ ਵੀ ਪੈਂਦਾ ਲੋਕ ਚੰਗਾ ਵੀ ਕਹਿੰਦੇ ਅਤੇ ਮਾੜਾ ਵੀ ਕਹਿੰਦੇ ਆ ਪਰ ਹੁਣ ਮੈਨੂੰ ਅੱਜ ਮੇਰੇ ਆਉਣ ਦਾ ਇਹ ਵੀ ਇੱਕ ਕਾਰਨ ਸੀ ਕਿ ਜਿੱਥੇ ਆਰੀਅਨ ਦੇ ਲਈ ਫੰਡਿੰਗ ਇਕੱਠੀ ਕੀਤੀ ਲੋਕਾਂ ਨੇ ਇੰਨਾ ਆਸ਼ੀਰਵਾਦ ਦਿੱਤਾ ਅਤੇ ਤੁਹਾਡੇ ਕੋਲ ਫੰਡਿੰਗ ਵੱਧ ਵੀ ਗਈ ਉਸ ਵਧੀ ਹੋਈ ਫੰਡਿੰਗ ਨੂੰ ਤੁਸੀਂ ਹੁਣ ਹੋਰ ਪਰਿਵਾਰਾਂ ਨੂੰ ਦੇ ਰਹੇ ਹੈਗੇ ਆ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਜਦੋਂ ਸਾਡੇ ਬੱਚੇ ਨੂੰ ਦੁਆਵਾਂ ਮਿਲਦੀਆਂ ਅਸੀਂ ਉਹਨਾਂ ਦੁਆਵਾਂ 'ਚੋਂ ਹੋਰਾਂ ਲਈ ਦੁਆਵਾਂ ਵੰਡਦੇ ਹਾਂ ਨਾ
ਤੇ ਉਹ ਵਾਪਸ ਫਿਰ ਸਾਡੇ ਬੱਚੇ ਤੇ ਆਉਂਦੀਆਂ। ਔਰ ਤੁਸੀਂ ਦੋ ਚਾਰ ਪਰਿਵਾਰ ਜਿਹੜਿਆਂ ਦੀ ਹੈਲਪ ਕਰ ਰਹੇ ਹੋ, ਉਹਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਇਹ ਤੁਹਾਡੇ ਕਿਵੇਂ ਜਹਿਨ ਚ ਆਇਆ ਤੇ ਕੀ ਤੁਹਾਡੀਆਂ ਆਉਣ ਵਾਲੇ ਟਾਈਮ ਦੇ ਵਿੱਚ ਪਲੈਨਿੰਗ ਹੈਗੀ ਆ? ਹਾਂਜੀ, ਜਿੱਦਾਂ ਅਸੀਂ ਇੰਸਟਾਗ੍ਰਾਮ 'ਤੇ ਜਿੱਦਾਂ ਸਾਰੀਆਂ ਫੈਮਿਲੀਜ਼ ਜਿੰਨੀਆਂ ਵੀ ਐੱਸ ਐੱਮ ਏ ਵਾਲੇ ਬੱਚੇ ਆ ਸਾਰਿਆਂ ਨੂੰ ਫੋਲੋ ਕਰਦੇ ਹਾਂ, ਸਾਰਿਆਂ ਨੂੰ ਦੇਖਦੇ ਹਾਂ। ਅਤੇ ਸਾਨੂੰ ਸਾਡੇ ਪਹਿਲਾਂ ਜਦੋਂ ਫੰਡ ਰੇਜ਼ਰ ਚੱਲਦਾ ਵੀ ਸੀਗਾ ਉਦੋਂ ਵੀ ਅਸੀਂ ਸਾਰੀ ਟੀਮ ਜਿੰਨੀ ਵੀ ਫੰਡ ਰੇਜ਼ ਸਾਡੇ ਨਾਲ ਜੁੜੇ ਹੋ ਸੀਗੇ ਸਾਰੇ, ਅਸੀਂ ਸੋਚਦੇ ਹੁੰਦੇ ਸੀਗੇ ਵੀ ਜਿਹੜੀ ਬੇਬੀ ਸੀਗੀ ਵੈਨਕੂਵਰ ਲੂਸੀ, ਸ਼ਾਇਦ ਤੁਹਾਨੂੰ ਯਾਦ ਹੋਣਾ, ਅਤੇ ਉਹਦੇ ਬਾਰੇ ਅਸੀਂ ਸੋਚਦੇ ਸੀਗੇ ਵੀ ਜਿੰਨਾ ਬਚ ਗਿਆ ਆਪਣਾ ਜੋ ਵੀ ਹੋਇਆ, ਕਿਉਂਕਿ ਉਹਨਾਂ ਉਹ ਵੀ ਆਲਮੋਸਟ ਕਲੋਜ਼ ਸੀਗੇ ਹੈ ਨਾ ਆਪਣੇ ਉਹਦੇ ਗੋਲ ਰੀਚ ਕਰਨ ਦੇ ਹੈ ਨਾ। ਅਤੇ ਅਸੀਂ ਸੋਚਦੇ ਸੀ ਵੀ ਸਾਰੇ ਜਾਣੇ ਆਪਾਂ ਰਲ ਮਿਲ ਕੇ ਜੇ ਉਹਨਾਂ ਦਾ ਜਿੰਨਾ ਆਪਣੇ ਤੋਂ ਹੋਇਆ ਆਪਾਂ ਕਰਾਂਗੇ, ਬਾਕੀ ਹੋਰ ਵੀ ਉਹਨਾਂ ਲਈ ਟਰਾਈ ਕਰਾਂਗੇ, ਫੰਡਿੰਗ ਕਰਾਂਗੇ ਆਪਾਂ, ਹੈ ਨਾ। ਅਤੇ ਚਲੋ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੂੰ ਲੋਟਰੀ 'ਚ ਮਿਲ ਗਿਆ, ਠੀਕ ਹੈ ਨਾ। ਅਤੇ ਹੋਰ ਵੀ ਬੱਚੇ ਸੀਗੇ ਫਿਰ ਅਸੀਂ ਹੋਰਾਂ ਬੱਚਿਆਂ ਵੱਲ ਜਾਣਾ ਕੀਤਾ ਸ਼ੁਰੂ ਵੀ ਹਾਂਜੀ ਬਾਕੀਆਂ ਵੱਲ ਟਰਾਈ ਕਰਦੇ ਹੈ ਨਾ। ਅਤੇ ਪੰਜ ਛੇ ਬੱਚੇ, ਛੇ ਸੱਤ ਬੱਚੇ ਹੈਗੇ ਹੀ ਆ ਨਾ ਆਈ ਥਿੰਕ ਕੈਨੇਡਾ 'ਚ, ਇੰਨੇ ਕੁ ਬੱਚੇ ਹੈਗੇ ਆ। ਅਤੇ ਫਿਰ ਅਸੀਂ ਟਰਾਈ ਕੀਤੀ ਵੀ ਉਹਨਾਂ ਨੂੰ ਅਪਰੋਚ ਕਰੀਏ, ਹੈ ਨਾ। ਅਤੇ ਜਦੋਂ ਕਿਸੇ ਨੂੰ ਇੱਦਾਂ ਫੋਨ ਪੁੱਛਦੇ ਸੀਗੇ ਜਾਂ ਵੀ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ, ਹੈ ਨਾ, ਤਾਂ ਉਹ ਮੋਰੇ ਇਹੋ ਕਹਿੰਦੇ ਵੀ ਆਰ ਯੂ ਗਾਇਜ਼ ਸ਼ੋਰ ਵੀ ਤੁਸੀਂ ਸ਼ੋਰ ਆ ਵੀ ਡੋਨੇਟ ਕਰਨਾ, ਵੀ ਤੁਸੀਂ ਹਲੇ ਵੀ ਆਰੀਅਨ ਦਾ ਵੀ ਇਲਾਜ ਵੀ ਹਲੇ ਐਵੇਂ ਕਹੀਏ ਨਵਾਂ ਟਰੀਟਮੈਂਟ ਸਾਰੇ ਸੋਚਦੇ, ਵੀ ਅਸੀਂ ਵੀ ਇਹੋ ਹੀ ਸੋਚਦੇ ਵੀ ਪਤਾ ਨਹੀਂ ਕੀ ਹੋਣਾ, ਹੈ ਨਾ, ਵੀ ਕੁਛ ਨਹੀਂ ਪਤਾ। ਪਰ ਫਿਰ ਵੀ ਅਸੀਂ ਸੋਚਦੇ ਵੀ ਜਿੰਨਾ ਕੁਛ ਜਿੰਨਾ ਆਰੀਅਨ ਲਈ ਵੀ ਆਪਾਂ ਰੱਖਾਂਗੇ, ਪਰ ਜਿੰਨਾ ਵੀ ਸਾਤੋਂ ਹੋ ਸਕਦਾ ਆ ਥੋੜ੍ਹਾ ਬਹੁਤਾ ਜਿੰਨਾ ਵੀ ਕਿਸੇ ਦੀ ਹੈਲਪ ਹੋ ਸਕਦੀ ਆ ਉਹ ਟਰਾਈ ਕਰਦੇ ਹਾਂ ਕਰਨ ਦੀ। ਸੋ ਇੰਸਟਾਗ੍ਰਾਮ ਥਰੂ ਅਤੇ ਜਾਂ ਸੋਸ਼ਲ ਮੀਡੀਆ ਥਰੂ ਉਹਨਾਂ ਨਾਲ ਲਿੰਕ ਬਣੇ ਸੀਗੇ। ਅਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਬੱਚਾ ਮੋਰਿੰਡੇ ਸ਼ਹਿਰ ਦਾ ਹਰਪ੍ਰੀਤ ਦੱਸਦੇ ਸੀਗੇ, ਹਾਂਜੀ, ਅਤੇ ਉਹਨੂੰ ਬੋਨ ਮੈਰੋ ਟ੍ਰਾਂਸਪਲਾਂਟ ਚਾਹੀਦਾ ਹੈਗਾ ਆ, ਅਤੇ ਉਹਦੇ ਬਾਰੇ ਕਿੱਦਾਂ ਤੁਹਾਨੂੰ ਪਤਾ ਲੱਗਾ ਸੀ, ਤੁਸੀਂ ਉਹਦੀ ਵੀ ਮਦਦ ਕਰ ਰਹੇ ਹੋ? ਹਾਂਜੀ, ਉਹ ਜਿੱਦਾਂ ਵਟਸਐਪ 'ਤੇ ਮੇਰੇ ਮੋਮ ਨੇ ਇੰਡੀਆ ਤੋਂ ਜਿੱਦਾਂ ਸਾਨੂੰ ਭੇਜੀ ਸੀਗੀ ਵੀਡੀਓ, ਹੈ ਨਾ, ਅਤੇ ਉਹ ਜਿੱਦਾਂ ਅਸੀਂ ਦੇਖੀ ਅਤੇ ਫਿਰ ਜਿੱਦਾਂ ਹੁਣ ਤਾਂ ਹਰੇਕ ਦਾ ਬੱਚੇ ਦਾ ਦੁੱਖ ਵੀ ਪਤਾ ਲੱਗ ਜਾਂਦਾ, ਰਾਈਟ ਵੇ ਦਿਮਾਗ 'ਚ ਖੜਕ ਜਾਂਦੀ ਵੀ ਚਾਹੀਦੀ ਆ ਹੈਲਪ ਕਰਨੀ, ਹੈ ਨਾ। ਫਿਰ ਹਰਪ੍ਰੀਤ ਨੇ ਉਹਦੀ ਮੋਮ ਨਾਲ ਗੱਲ ਕੀਤੀ ਅਤੇ ਇਹਨਾਂ ਨੇ ਆਪਸ 'ਚ ਗੱਲ ਕਰਕੇ ਫਿਰ ਉਹਨਾਂ ਦੀ ਵੀ ਅਸੀਂ ਟਰਾਈ ਕੀਤੀ ਆ ਵੀ ਹੈਲਪ ਕਰਨ ਦੀ। ਅਤੇ ਹਾਂਜੀ, ਅਤੇ ਨਾਲੇ ਹੁਣ ਆਰੀਅਨ ਤਾਂ ਪੂਰੀ ਕਮਿਊਨਿਟੀ ਦਾ ਬੱਚਾ, ਰਾਈਟ ਆਰੀਅਨ? ਅਤੇ ਫਿਰ ਬਹੁਤ ਸਾਰੀਆਂ ਦੁਆਵਾਂ ਵੀ ਹੈ, ਪਰ ਮੈਨੂੰ ਚੰਗਾ ਲੱਗਾ ਕਿ ਤੁਸੀਂ ਇਹਨਾਂ ਦੁਆਵਾਂ ਨੂੰ ਅੱਗੇ ਵੀ ਵੰਡ ਰਹੇ ਹੋ, ਹੋਰਾਂ ਪਰਿਵਾਰਾਂ ਬਾਰੇ ਵੀ ਸੋਚ ਰਹੇ ਹੋ। ਅਤੇ ਜਿਹੜੇ ਬਾਕੀ ਦੇ ਐੱਸ ਐੱਮ ਏ ਟਾਈਪ 1 ਜਿਵੇਂ ਲੂਸੀ ਦੀ ਅਸੀਂ ਗੱਲ ਕੀਤੀ ਹੈ, ਕਡਮੈਂਟਨ ਦੇ ਵਿੱਚ ਵੀ ਛੋਟੀ ਬੱਚੀ ਆ ਹਰਪੁਰ ਹੈਂਕੀ, ਉਹਨਾਂ ਦੀ ਵੀ ਅਸੀਂ ਗੱਲ ਕੀਤੀ ਹੈ। ਅਤੇ ਤੁਸੀਂ ਦੱਸਦੇ ਕਿ ਲੋਟਰੀ ਸਿਸਟਮ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋਗੇ ਕੀ ਲੋਟਰੀ ਸਿਸਟਮ ਹੈ? ਹਾਂਜੀ, ਲੋਟਰੀ ਸਿਸਟਮ ਜਿੱਦਾਂ ਨਾ ਆਲ ਓਵਰ ਦਾ ਵਰਲਡ ਜਿਹੜੇ ਐੱਸ ਐੱਮ ਏ ਟਾਈਪ 1 ਵਾਲੇ ਬੱਚੇ ਆ ਜਿਹਨਾਂ ਲਈ ਇਹ ਟ੍ਰੀਟਮੈਂਟ ਅਵੇਲੇਬਲ ਆ ਜ਼ੋਲਜ਼ੈਂਜ਼ਮਾ, ਹੈ ਨਾ, ਅਤੇ ਉਹ ਅਰਾਊਂਡ ਦਾ ਵਰਲਡ 100 ਬੱਚਿਆਂ ਨੂੰ ਚੂਜ਼ ਕਰਦੇ ਹੁੰਦੇ ਆ, ਅਤੇ ਇੱਕ ਸਾਲ 'ਚ 100 ਬੱਚਿਆਂ ਨੂੰ, ਅਤੇ ਉਹਨਾਂ ਨੂੰ ਫ੍ਰੀ ਜਿੱਦਾਂ ਡਰੱਗ ਦਿੰਦੇ ਆ। ਸੋ ਆਰੀਅਨ ਤੋਂ ਬਾਅਦ 'ਚ ਆਈ ਥਿੰਕ 4 ਜਾਂ 5 ਬੱਚਿਆਂ ਨੂੰ ਲੋਟਰੀ ਸਿਸਟਮ ਦੇ ਥਰੂ ਜਿੱਦਾਂ ਕੈਨੇਡਾ ਦੇ ਵਿੱਚ ਉਹ ਜਿੱਦਾਂ ਉਹਨਾਂ ਨੂੰ ਮਿਲਣਾ ਆ, ਜਿੱਦਾਂ ਨਾਮ ਆ ਗਿਆ ਉਹਨਾਂ ਦਾ ਲੋਟਰੀ ਸਿਸਟਮ 'ਚ ਅਤੇ ਉਹਨਾਂ ਨੂੰ ਮਿਲ ਜਾਣਾ। ਮੈਨੂੰ ਜਿੱਦਾਂ ਇੱਕ ਬੱਚੀ ਦਾ ਆਪਾਂ ਕਰਦੇ ਸੀਗੇ ਕਿ ਉਹਨਾਂ ਨੂੰ ਵੀ ਹੈਲਪ ਕੀਤੀ ਜਾਏ, ਤਾਂ ਉਹਨਾਂ ਦਾ ਨਾਮ ਆਇਆ ਜਦੋਂ, ਤਾਂ ਉਹਨਾਂ ਨੇ ਮੈਂ ਕਿਹਾ ਆਈ ਐਮ ਸੋ ਹੈਪੀ ਕਿ ਚਲੋ ਨਾ ਆਇਆ। ਉਹ ਕਹਿੰਦੇ ਅਸੀਂ ਥੈਂਕ ਯੂ ਕਰਨਾ ਚਾਹੁੰਦੇ ਹਾਂ ਤੁਹਾਡਾ, ਤੁਹਾਡੀ ਫੈਮਿਲੀ ਦਾ, ਕਿਉਂਕਿ ਤੁਹਾਡੀ ਨਿਊਜ਼ ਇੰਨੀ ਸਪਰੈਡ ਹੋਈ, ਇੰਨੀ ਆਲ ਓਵਰ ਦਾ ਮਤਲਬ ਵਰਲਡ ਜਾਂ ਕੈਨੇਡਾ ਦੇ ਵਿੱਚ, ਕਿ ਗੌਰਮੈਂਟ ਇਨਵੋਲਵ ਹੋਈ ਇਹ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਗੌਰਮੈਂਟ ਇਨਵੋਲਵ ਹੋ ਕੇ ਕੰਪਨੀ ਨਾਲ ਕਰਕੇ ਕਿ ਸਾਨੂੰ ਇਹ ਟ੍ਰੀਟਮੈਂਟ ਦਵਾਇਆ ਹੈ। ਚਲੋ, ਪਰ ਕਈ ਵਾਰੀ ਇੱਦਾਂ ਵੀ ਹੁੰਦਾ ਹਰਪ੍ਰੀਤ, ਜਦੋਂ ਅਵੇਅਰਨੈਸ ਜ਼ਿਆਦਾ ਹੋ ਜਾਂਦੀ ਨਾ ਕਿਸੇ ਗੱਲ ਦੀ, ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਆਰੀਅਨ ਨੂੰ ਇਹ ਪ੍ਰੋਬਲਮ ਹੈਗੀ ਆ। ਇਹ ਤੇ ਤੁਹਾਡਾ ਹੌਸਲਾ ਕਿ ਤੁਸੀਂ ਇਸ ਗੱਲ ਨੂੰ ਅੱਗੇ ਲੈ ਕੇ ਆਏ, ਔਰ ਡੇ 1 ਤੋਂ ਅਸੀਂ ਦੇਖਦੇ ਹਾਂ ਸਟੈਪ ਬਾਏ ਸਟੈਪ ਤੁਹਾਨੂੰ ਬੱਚੇ ਨੂੰ ਲੈ ਕੇ ਕਿਵੇਂ ਤੁਸੀਂ ਇਸ ਸਿਚੁਏਸ਼ਨ ਵਿੱਚ ਦੀ ਨਿਕਲ ਕੇ ਗਏ, ਸਾਰਾ ਅਸੀਂ ਆਪਣੇ ਅੱਖੀਂ ਦੇਖਿਆ, ਸਾਡੇ ਦੇਖਣ ਵਾਲਿਆਂ ਨੇ ਵੀ ਸਾਰਾ ਦੇਖਿਆ, ਔਰ ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗਾ। ਤੇ ਹੋ ਸਕਦਾ ਸ਼ਾਇਦ ਇਹ ਮੈਸੇਜ ਇੰਨਾ ਸਟਰੋਂਗ ਸੀ ਕਿ ਵਾਕਿਆ ਹੀ ਇਹਦੇ ਵਿੱਚ ਇਨਵੋਲਵਮੈਂਟ ਹੋਈ ਹੋਵੇਗੀ ਹੋਸਪਿਟਲਸ ਦੀ ਜਾਂ ਸਰਕਾਰਾਂ ਦੀ ਵੀ, ਪਰ ਆਪਾਂ ਨੂੰ ਫਿਰ ਵੀ ਕੋਸ਼ਿਸ਼ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਿਣਾ ਚਾਹੀਦਾ, ਅਵੇਅਰਨੈਸ ਦਿੰਦੇ ਰਹਿਣਾ ਚਾਹੀਦਾ। ਹਾਂਜੀ ਬਿਲਕੁਲ, ਉਹੀ ਅਵੇਅਰਨੈਸ ਦੀ ਮੈਂ ਵੀ ਉਹੀ ਸੋਚਦਾ ਸੀਗਾ ਵੀ ਜਿੱਦਾਂ ਜੇ ਆਪਣੀ ਚਲੋ ਹੁਣ ਪਤਾ ਲੱਗਾ ਲੋਕਾਂ ਨੂੰ ਆਰੀਅਨ ਬਾਰੇ, ਜਾਂ ਅਸੀਂ ਸਾਰੀ ਐਕਸਪਲੇਨੇਸ਼ਨ ਕੀਤੀ ਵੀ ਇੱਦਾਂ ਅਸੀਂ ਸਾਨੂੰ ਸਿਮਟਮ ਹੋਏ, ਹੁਣ ਕੀ ਪਤਾ ਕਿਸੇ ਨੂੰ ਪਹਿਲਾਂ ਹੀ ਦਿਮਾਗ 'ਚ ਉਹਨਾਂ ਦੇ ਖੜਕ ਜਾਵੇ ਜਾਂ ਰਾਈਟ ਵੇ ਉਹਨਾਂ ਨੂੰ ਉਹ ਟਰਾਈ ਕਰਨ ਵੀ ਕਰਾਉਣ ਦਾ, ਕਿਉਂਕਿ ਅਸੀਂ ਨੋਟਿਸ ਕਰਨ 'ਚ ਲੇਟ ਹੋਏ ਹਾਂ ਅਸੀਂ, ਮਤਲਬ ਮੈਨੂੰ ਲੱਗਦਾ ਵੀ ਅਸੀਂ
2 ਮਹੀਨੇ ਲੇਟ ਹੋਏ ਆ, ਡੇਢ 2 ਮਹੀਨੇ ਕਿ ਅਸੀਂ ਪਹਿਲਾਂ ਨੋਟਿਸ ਕਰ ਸਕਦੇ ਸੀ ਜੇ ਸਾਨੂੰ ਐਕਸਪੀਰੀਅੰਸ ਹੁੰਦਾ ਜਾਂ ਪਹਿਲਾਂ ਬੇਬੀ ਸੀਗਾ ਤੁਹਾਨੂੰ ਪਤਾ ਸੀ ਜਾਂ ਸਾਡੇ ਨਾਲ ਕੋਈ ਸਾਡੇ ਰਹਿੰਦੇ ਹੁੰਦੇ ਸਿਆਣੇ ਨਾਲ ਹੁੰਦੇ ਮੰਮੀ ਡੈਡੀ ਹੁੰਦੇ ਹੈ ਨਾ ਵੀ ਉਹ ਨੋਟਿਸ ਕਰ ਸਕਦੇ ਸੀ ਸਾਨੂੰ ਸਾਡੇ ਤੋਂ ਨੋਟਿਸ ਨਹੀਂ ਹੋਇਆ ਪਰ ਹੁਣ ਹਰਪ੍ਰੀਤ ਜੀ ਤੁਸੀਂ ਬਹੁਤ ਸਾਰੇ ਡਾਕਟਰਸ ਨੂੰ ਮਿਲੇ ਆ ਬਹੁਤ ਸਾਰੇ ਤੁਸੀਂ ਇਹਦੇ ਆਰੀਅਨ ਦੇ ਬਹੁਤ ਸਾਰੇ ਟੈਸਟ ਹੋਏ ਆ ਸੋ ਜਿਹੜੀਆਂ ਤੁਹਾਡੇ ਵਾਂਗ ਮੋਮ ਆ ਜਿਹੜੀਆਂ ਜਿਹੜੇ ਯੰਗ ਕਪਲ ਆ ਜਿਨ੍ਹਾਂ ਦੇ ਪਹਿਲੇ ਬੇਬੀ ਆ ਜਾਂ ਜਿਨ੍ਹਾਂ ਨੇ ਹਲੇ ਬੱਚਾ ਪਲੈਨ ਕਰ ਰਹੇ ਆ ਜਿਨ੍ਹਾਂ ਦੇ ਹਲੇ ਬੱਚਾ ਹੋਣਾ ਆ ਪਰ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਬਜ਼ੁਰਗ ਘਰਾਂ 'ਚ ਨਹੀਂ ਰਹਿੰਦੇ ਕਈ ਇੱਥੇ ਇਕੱਲੇ ਕਪਲ ਰਹਿੰਦੇ ਹੈਗੇ ਆ ਸਿੰਗਲ ਕਪਲ ਰਹਿੰਦੇ ਆ ਪਰਿਵਾਰ ਪਿੱਛੇ ਹੁੰਦਾ ਸੋ ਤੁਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀ ਮਾਵਾਂ ਉਹਨਾਂ ਨੂੰ ਜਿਨ੍ਹਾਂ ਨੇ ਡ੍ਰੀਮ ਲਿਆ ਆ ਜਾਂ ਸੋਚਦੇ ਆਪਣਾ ਪਰਿਵਾਰ ਵਧਾਉਣ ਦੇ ਲਈ ਜਾਂ ਜਿਨ੍ਹਾਂ ਦੇ ਬੱਚੇ ਪਰਿਵਾਰ 'ਚ ਆਉਣ ਵਾਲੇ ਆ ਸੋ ਕੀ ਐਜ਼ ਆ ਮਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਵੇਂ ਉਹ ਆਪਣੇ ਬੱਚੇ ਨੂੰ ਛੋਟੀਆਂ ਛੋਟੀਆਂ ਕਿਹੜੀਆਂ ਗੱਲਾਂ ਨੋਟ ਕਰਨ ਕਿ ਇਹੋ ਜਿਹੀ ਕਿਸੇ ਮੁਸੀਬਤ ਦਾ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ ਹਾਂਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਕੁਛ ਵੀ ਲੱਗਦਾ ਛੋਟੇ ਤੋਂ ਛੋਟਾ ਵੀ ਤੁਹਾਨੂੰ ਲੱਗਦਾ ਨਾ ਕਿ ਇੱਕ ਮਾਂ ਨੋਟਿਸ ਕਰ ਸਕਦੀ ਆ ਕਰਦੀ ਤਾਂ ਮੈਂ ਵੀ ਸੀ ਪਰ ਐਕਚੁਲੀ ਗੱਲ ਇਹ ਸੀ ਆਰੀਅਨ ਪ੍ਰੀਮਚਿਓਰ ਸੀ ਮੈਂ ਉਹ ਚੱਕਰ 'ਚ ਹੀ ਅਸੀਂ ਇੱਦਾਂ ਰਹਿ ਗਏ ਵੀ ਸ਼ਾਇਦ ਵੀਕ ਆ ਹੈ ਨਾ ਪਰ ਜੇ ਤੁਹਾਨੂੰ ਕੁਛ ਵੀ ਨੋਟਿਸ ਹੁੰਦਾ ਕਿ ਬੱਚਾ ਫੀਡ ਨਹੀਂ ਪ੍ਰੋਪਰਲੀ ਲੈਂਦਾ ਜਾਂ ਬੱਚਾ ਸੌਂਦਾ ਨਹੀਂ ਪ੍ਰੋਪਰਲੀ ਜਾਂ ਮਤਲਬ ਉਹ ਥੋੜ੍ਹੀ ਮੂਵਮੈਂਟ ਮਤਲਬ ਯੂਟਿਊਬ ਹੁਣ ਤਾਂ ਯੂਟਿਊਬ 'ਤੇ ਸਭ ਕੁਛ ਹੈਗਾ ਆ ਹੈ ਨਾ ਤੁਸੀਂ ਇੰਟਰਨੈਟ 'ਤੇ ਦੇਖ ਸਕਦੇ ਆ ਕੰਪੈਰੀਜ਼ਨ ਕਰ ਸਕਦੇ ਆ ਵੀ ਬੱਚੇ ਕੱਢ ਕੱਢ ਕੇ ਮਾਈਲਸਟੋਨ ਕੀ ਆ ਬੱਚੇ ਦੇ 1 ਮੰਥ ਦੇ 2 ਮੰਥ ਦੇ ਬੱਚੇ ਦੇ ਕੀ ਆ ਉਹ ਕੰਪੇਅਰ ਕਰਕੇ ਦੇਖ ਸਕਦੇ ਹਾਂ ਕੁਛ ਵੀ ਨੋਟਿਸ ਹੁੰਦਾ ਤਾਂ ਰਾਈਟ ਵੇ ਡਾਕਟਰ ਨੂੰ ਮਿਲਣਾ ਚਾਹੀਦਾ ਰਾਈਟ ਵੇ ਗੱਲ ਕਰੋ ਵੀ ਕਦੇ ਵੀ ਇਹ ਗੱਲ 'ਚ ਨਾ ਸੋਚੋ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਬਹੁਤ ਵੱਡੀ ਕੀਮਤ ਦੇਣੀ ਪੈ ਸਕਦੀ ਹੈ ਇਹ ਗੱਲ ਦੀ ਸ਼ਾਇਦ ਅਸੀਂ ਵੀ ਜੇ ਇਹ ਤੋਂ ਪਹਿਲਾਂ ਨੋਟਿਸ ਕੀਤਾ ਹੁੰਦਾ ਆਰੀਅਨ ਇੰਨਾ ਵੀਕ ਨਾ ਹੁੰਦਾ ਵੀ ਇਹਦਾ ਟ੍ਰੀਟਮੈਂਟ ਜੋ ਵੀ ਇੱਥੇ ਅਵੇਲੇਬਲ ਆ ਪਹਿਲਾਂ ਸ਼ੁਰੂ ਹੋ ਜਾਂਦਾ ਕਿਉਂਕਿ ਜਿੰਨਾ ਡੈਮੇਜ ਹੋ ਗਿਆ ਉਹ ਰਿਵਰਸ ਨਹੀਂ ਹੋ ਸਕਦਾ ਅਤੇ ਗਗਨਪ੍ਰੀਤ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹੁਣ ਆਰੀਅਨ ਆਪਣੇ ਹੱਥ ਬਾਹਾਂ ਕਾਫੀ ਮੂਵਮੈਂਟ ਕਰ ਰਿਹਾ ਹੈਗਾ ਲੱਤਾਂ ਵੀ ਹਿਲਾ ਰਿਹਾ ਹੈਗਾ ਆ ਔਰ ਧੋਣ ਵੀ ਸਾਂਭ ਲੈਂਦਾ ਪਰ ਕਿਤੇ ਕਿਤੇ ਵਿੱਚ ਸਿੱਟ ਵੀ ਲੈਂਦਾ ਹਲੇ ਸ਼ਾਇਦ ਯੂਜ਼ ਟੂ ਨਹੀਂ ਥੱਕ ਜਾਂਦਾ ਹੋਣਾ ਨਾ ਅਤੇ ਆਪਣੇ ਆਪ ਸਾਂਭਣ ਦੇ ਵਿੱਚ ਜਾਂ ਕੋਈ ਸਪੈਸ਼ਲ ਤੁਹਾਨੂੰ ਹੋਸਪਿਟਲ ਵੱਲੋਂ ਗਾਈਡਲਾਈਨ ਦਿੱਤੀਆਂ ਗਈਆਂ ਹੈਗੀਆਂ ਇਹਦੀ ਕੇਅਰ ਦੇ ਲਈ ਹੋਰ ਵੀ ਕਿਵੇਂ ਕਿਵੇਂ ਇਹਨੂੰ ਇੰਪਰੂਵਮੈਂਟ ਹੁੰਦੀ ਆ ਤੁਹਾਡੀ ਕੀ ਇਨਵੋਲਵਮੈਂਟ ਆ ਕਿੰਨਾ ਕੁ ਕੋਈ ਨਰਸ ਵਗੈਰਾ ਆਉਂਦੀ ਆ ਘਰ 'ਚ ਜਾਂ ਤੁਹਾਨੂੰ ਕੋਈ ਸਪੈਸ਼ਲ ਕਲਾਸਿਸ ਦਿੱਤੀਆਂ ਜਾਂਦੀਆਂ ਜਾਂ ਹੋਸਪਿਟਲ ਦੇ ਵਿੱਚ ਕੋਈ ਇਹੋ ਜਿਹੀਆਂ ਕਲਾਸਿਸ ਜਿੱਥੇ ਇਹਨੂੰ ਲਿਆਉਣਾ ਪੈਂਦਾ ਤੁਹਾਨੂੰ ਰੈਗੂਲਰਲੀ ਨਹੀਂ ਕਲਾਸਿਸ ਤਾਂ ਨਹੀਂ ਜਿੱਦਾਂ ਉੱਦਾਂ ਸਾਨੂੰ ਜਿੱਦਾਂ ਇਕੁਪਮੈਂਟ ਦਿੱਤੀ ਆ ਜਾਂ ਸਨੀ ਹਿੱਲਿਆ ਇੱਕ ਉੱਥੇ ਬੀ ਸੀ ਚਿਲਡਰਨ ਦੇ ਲਾਗੇ ਉਹ ਜਿੱਦਾਂ ਦੱਸਦੇ ਆ ਸਾਰਾ ਕੁਛ ਜਾਂ ਜੋ ਵੀ ਇਹਦੇ ਜਿੱਦਾਂ ਜਦੋਂ ਇੱਕ ਸਟੈਂਡਿੰਗ ਫਰੇਮ ਦਿੱਤਾ ਇੱਕ ਸਿਟਿੰਗ ਚੇਅਰ ਦਿੱਤੀ ਆ ਹੈ ਨਾ ਉਹਦੇ 'ਚ ਬਿਠਾਓ ਇਹਨੂੰ ਕਹਿੰਦੇ ਵੀ ਇਹਦਾ ਥੋੜ੍ਹਾ ਜਿਹਾ ਇਹਦਾ ਪੋਸਚਰ ਸਹੀ ਹੋਵੇ ਸਾਰਾ ਟਰੰਕ ਕੰਟਰੋਲ ਜਾਂ ਸਾਰਾ ਕੁਛ ਇੱਕ ਸਟੈਂਡਿੰਗ ਫਰੇਮ ਲਈ ਉਹ ਜਿੱਦਾਂ ਸਾਨੂੰ ਉਹਨਾਂ ਨੇ AFOs ਕਹਿੰਦੇ ਆ ਉਹਨਾਂ ਨੂੰ ਅਤੇ ਉਹ ਪੈਰਾਂ 'ਚ ਦੇ ਵਿੱਚ ਬਣ ਕੇ ਬ੍ਰੇਸਿਸ ਟਾਈਪ ਹੁੰਦੇ ਆ ਅਤੇ ਉਹ ਸਾਨੂੰ ਦੱਸਿਆ ਵੀ ਉਹ ਬਾਏ ਕਰੋ ਉਹ ਇਹਦੇ ਲਈ ਲੈ ਕੇ ਤੋ ਉਹਦੇ 'ਚ ਫਿਜ਼ੀਓ ਜਿੰਨੀ ਕਰ ਸਕਦੇ ਕਹਿੰਦੇ ਵੀ ਇਹ ਡਰੱਗ ਨੇ ਜਿਹੜਾ ਅਸਰ ਕਰਨਾ ਉਹ ਤਾਂ ਕਰਨਾ ਪਰ ਫਿਜ਼ੀਓ ਨੇ ਬਹੁਤ ਜ਼ਿਆਦਾ ਇਫੈਕਟ ਹੋਣਾ ਜਿੰਨਾ ਫਿਜ਼ੀਓ ਇਹਦੀ ਹੋਊਗੀ ਜਿੰਨਾ ਹਾਂਜੀ ਹੋਣਗੇ ਓਨਾ ਹੀ ਜ਼ਿਆਦਾ ਵਧੀਆ ਜਿਹੜੇ ਮਸਲ ਖੜੇ ਆ ਉਹ ਚਲਾਉਣੇ ਪੈਣੇ ਆ ਜਿੱਦਾਂ ਹੁਣ ਅਸੀਂ ਟਰਾਈ ਕਰਦੇ ਹਾਂ ਵੀ ਵੀਕ 'ਚ 2 ਅਪੁਆਇੰਟਮੈਂਟ ਤਾਂ ਸਾਡੀਆਂ ਹੁੰਦੀਆਂ ਹੀ ਹੁੰਦੀਆਂ ਮਤਲਬ ਮੈਂ ਟਰਾਈ ਕਰਦੀ ਹਾਂ ਵੀ 3 ਅਪੁਆਇੰਟਮੈਂਟ ਵੀ ਮਿਲ ਜਾਣ ਤਾਂ ਗੁੱਡ ਆ ਅਤੇ ਬਾਕੀ ਮੋਰਨਿੰਗ ਅਤੇ ਈਵਨਿੰਗ ਅਸੀਂ 2 ਵਾਰੀ ਘਰ ਕਰਦੇ ਹਾਂ ਸੇਮ ਸਾਰਾ ਕੁਛ ਤਾਂ ਆਪਦੇ ਵੱਲੋਂ ਟਰਾਈ ਕਰਦੇ ਹਾਂ ਵੀ ਜਿੰਨਾ ਹੋ ਸਕਦਾ ਬਾਕੀ ਇਹਦੀ ਸਵਿਮਿੰਗ ਲਾਈਕ ਘਰ ਹੀ ਕੀਤਾ ਹੋਇਆ ਅਰੇਂਜਮੈਂਟ ਅਸੀਂ ਤਾਂ ਇੱਥੇ ਨੈੱਕ ਫਲੋਟ ਪਾ ਕੇ ਇਹਨੂੰ ਪਾਣੀ 'ਚ ਛੱਡ ਦੇਈਦਾ ਉਹਦੇ 'ਚ ਜ਼ਿਆਦਾ ਮੂਵਮੈਂਟ ਇਹਦੀ ਹੋ ਜਾਂਦੀ ਹੈ ਤਾਂ ਫਿਰ ਉਹ ਵੀ ਹੈਲਪਫੁਲ ਹੋ ਥੱਕ ਜਾਂਦਾ ਉੱਦਾਂ ਛੇਤੀ ਵੀ ਹਲੇ ਪੂਰਾ ਜ਼ਿਆਦਾ ਨਹੀਂ ਕਰਦਾ ਥੋੜ੍ਹਾ ਚਿਰ 15 ਕੁ ਮਿੰਟ ਜਿੱਦਾਂ ਪਾਣੀ 'ਚ ਵੀ ਫਿਰ ਟਾਇਰਡ ਹੋ ਜਾਂਦਾ ਆ ਫਿਰ ਕਰਨਾ ਉੱਨੀ ਹਲੇ ਅੰਦਰੋਂ ਜਿੱਦਾਂ ਹੈ ਨਹੀਂ ਪਾਵਰ ਨਹੀਂ ਹੈਗੀ ਪ੍ਰੋਟੀਨ ਨਹੀਂ ਪੂਰੀ ਮਿਲਦੀ ਹੈਗੀ ਹੈ ਨਾ ਹਾਂਜੀ ਚਲੋ ਅਤੇ ਬਹੁਤ ਵਧੀਆ ਲੱਗਦਾ ਸਾਨੂੰ ਇਹ ਸੀ ਕਿ ਜਦੋਂ ਅਸੀਂ ਕੋਈ ਕੈਂਪੇਨ ਚਲਾਉਂਦੇ ਹੈਗੇ ਹਾਂ ਜਾਂ ਅਸੀਂ ਕੋਈ ਇਹੋ ਜਿਹੀ ਮੁਹਿੰਮ ਨਾਲ ਰਲ ਕੇ ਚੱਲਦੇ ਹਾਂ ਕਮਿਊਨਿਟੀ ਦੇ ਅਤੇ ਫਿਰ ਅਕਸਰ ਸਾਨੂੰ ਸਾਡੇ ਕੋਈ ਹੋਰ ਵੀ ਇਵੈਂਟ ਹੋਣ
ਜਿਵੇਂ ਅਸੀਂ ਪਿੱਛੇ ਜੇ ਇੱਕ ਹੋਰ ਮੁੰਡੇ ਦੀ ਵੀਲ ਚੇਅਰ ਦੇ ਲਈ ਜਸ ਸਹੂਤਾ ਲਈ ਅਸੀਂ ਇੱਕ ਹੋਰ ਅਸੀਂ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਸੋ ਉਹਦੇ ਨਾਲ ਵੀ ਆਰੀਅਨ ਦਾ ਹਮੇਸ਼ਾ ਜ਼ਿਕਰ ਆਉਂਦਾ ਆ ਸੋ ਜਦੋਂ ਅਸੀਂ ਆਮ ਵੀ ਗੱਲ ਕਰੀਦੀ ਆ ਕਿਤੇ ਵੀ ਗੱਲ ਕਰੀਦੀ ਆ ਅਤੇ ਲੋਕ ਸਾਨੂੰ ਆਮ ਪੁੱਛਦੇ ਆ ਕਿ ਆਰੀਅਨ ਦਿਓਲ ਦੀ ਟ੍ਰੀਟਮੈਂਟ ਕਿਵੇਂ ਚੱਲਦੀ ਹੈ ਸੋ ਮੇਰਾ ਦਿਲ ਕੀਤਾ ਕਿ ਕਿਉਂ ਨਾ ਅਸੀਂ ਜਾ ਕੇ ਤੁਹਾਨੂੰ ਮਿਲੀਏ ਤਾਂ ਕਿ ਸਾਡੇ ਪਰਿਵਾਰ ਦੇਖ ਸਕਣ ਕਿ ਵਾਕਿਆ ਹੀ ਰੱਬ ਦੇ ਕਹਿੰਦੇ ਹੁੰਦੇ ਘਰ ਦੇ ਰਿਹਾ ਹਨੇਰ ਨਹੀਂ ਗਾ ਸੋ ਜੋ ਵਾਹਿਗੁਰੂ ਕਰਦਾ ਆ ਬਾਕੀ ਸਾਰੀ ਕਮਿਊਨਿਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਹੈਲਪ ਕੀਤੀ ਪਰ ਤੁਸੀਂ ਬਹੁਤ ਚੰਗਾ ਕਰ ਰਹੇ ਹੋ ਕਿ ਤੁਸੀਂ ਬਾਕੀ ਪਰਿਵਾਰਾਂ ਨੂੰ ਮੋਟੀਵੇਟ ਕਰ ਰਹੇ ਹੋ ਤੁਸੀਂ ਇੱਕ ਐਜੂਕੇਸ਼ਨ ਵੀ ਫੈਲਾ ਰਹੇ ਹੋ ਅਤੇ ਤੁਸੀਂ ਹੈਲਪ ਵੀ ਕਰ ਰਹੇ ਹੈਗੇ ਹੋ ਹਾਂਜੀ ਇੰਡੀਆ ਜੋ ਵੀ ਕਿਸੇ ਨੇ ਇੱਦਾਂ ਕੀਤਾ ਨਾ ਉਹਨਾਂ ਨੂੰ ਜਿੱਦਾਂ 30 ਲੱਖ ਚਾਹੀਦਾ ਸੀ ਟ੍ਰੀਟਮੈਂਟ ਲਈ ਤਾਂ ਉਹਨਾਂ ਨੇ ਵੀ ਇੱਦਾਂ ਹੀ ਨਿਊਜ਼ ਚੈਨਲ ਨੂੰ ਅਪਰੋਚ ਕਰਕੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੀ ਨਿਊਜ਼ ਦੇਖ ਕੇ ਅਸੀਂ ਕੀਤਾ ਇੱਦਾਂ ਵੀ ਜੇ ਕੈਨੇਡਾ 'ਚ ਕੋਈ ਫੈਮਿਲੀ ਇੱਦਾਂ ਕਰ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਸਾਨੂੰ ਵੀ ਕਰਨਾ ਚਾਹੀਦਾ ਆਪਣੇ ਬੱਚੇ ਲਈ ਚਲੋ ਹੈ ਨਾ ਜੋ ਵੀ ਆਇਆ ਪਰ ਬੱਚਿਆਂ ਲਈ ਅਗਲਾ ਕੁਛ ਵੀ ਕਰ ਲੈਂਦਾ ਹੈ ਨਾ ਤਾਂ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਸੀਗੀ ਇਹ ਕੋਈ ਵੀ ਆਮ ਫੈਮਿਲੀ ਨਹੀਂ ਸੀ ਕਰ ਸਕਦੀ ਇੰਨਾ ਤਾਂ ਚਲੋ ਜੇ ਆਪਾਂ ਨੂੰ ਦੇਖ ਕੇ ਕਿਸੇ ਨੂੰ ਹੋਰ ਵੀ ਮੋਟੀਵੇਟ ਹੁੰਦਾ ਆ ਕੋਈ ਆਪਣੇ ਬੱਚੇ ਲਈ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਦੋਂ ਕਈ ਵਾਰੀ ਨਾ ਸਾਡੇ ਵਿੱਚ ਇੱਕ ਗੱਲ ਆ ਜਾਂਦੀ ਆ ਕਿ ਅਸੀਂ ਮੰਗਣਾ ਬਹੁਤ ਔਖਾ ਆ ਪਰ ਆਪਣੇ ਬੱਚੇ ਲਈ ਆਪਣੀ ਔਲਾਦ ਲਈ ਦੁੱਖ ਵੇਲੇ ਆਪਣਿਆਂ ਤੋਂ ਹੀ ਮੰਗ ਹੁੰਦਾ ਅਤੇ ਅਸੀਂ ਸਾਰੇ ਇੱਕ ਪਰਿਵਾਰ ਆ ਸਾਰੀ ਕਮਿਊਨਿਟੀ ਆ ਔਰ ਮੈਨੂੰ ਬੜਾ ਚੰਗਾ ਲੱਗਾ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਅਤੇ ਹੁਣ ਕਾਫੀ ਲੋਕ ਜਿਵੇਂ ਤੁਸੀਂ ਦੱਸਿਆ ਮੋਟੀਵੇਟ ਹੋਏ ਆਰੀਅਨ ਦੇ ਇਸ ਗੋ ਫੰਡ ਮੀ ਤੋਂ ਬਾਅਦ ਜਸ ਹੁਣਾਂ ਨੇ ਸਾਡੇ ਨਾਲ ਕੋਂਟੈਕਟ ਕੀਤਾ ਸੋ ਉਹਦੀ ਵੀਲ ਚੇਅਰ ਦੇ ਪੈਸੇ ਵੀ ਪੂਰੇ ਹੋ ਗਏ ਬੜੀ ਸਾਨੂੰ ਵਧੀਆ ਗੱਲ ਲੱਗੀ ਕਿ ਉਹ ਬੱਚਾ 18 ਸਾਲ ਦਾ ਆ ਆਪਣੇ ਵੀਲ ਚੇਅਰ ਦੇ ਨਾਲ ਤੁਰ ਫਿਰ ਸਕਦਾ ਉਹ ਔਰ ਹੁਣ ਤੁਸੀਂ ਦੱਸਿਆ ਕਿ ਜਿਹੜੀ ਐਡਮਿੰਟਨ ਦੀ ਅਸੀਂ ਬੱਚੀ ਦੀ ਗੱਲ ਕਰਦੇ ਸੀ ਉਹ ਵੀ ਲੋਟਰੀ ਸਿਸਟਮ 'ਚ ਨਿਕਲ ਆਈ ਇਹ ਵੀ ਬੜੀ ਗੁੱਡ ਨਿਊਜ਼ ਆ ਅਤੇ ਔਰ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਨੂੰ ਕਮਿਊਨਿਟੀ ਦੇ ਕੰਮਾਂ 'ਚ ਅੱਗੇ ਆਉਣਾ ਚਾਹੀਦਾ ਆ ਤਾਂ ਕਿ ਜਿਹੜੇ ਸਾਡੇ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲ ਸਕੀਏ ਸੋ ਅਸੀਂ ਸੋਚਿਆ ਕਿ ਅੱਜ ਅਸੀਂ ਆਰੀਅਨ ਦੀ ਪਹਿਲੀ ਹੈਲੋਵੀਨ ਆ ਨਾ ਅਤੇ ਹੈਲੋਵੀਨ 'ਤੇ ਵੀ ਆਰੀਅਨ ਦੇ ਕੋਲ ਆ ਜਾਈਏ ਸੋ ਗੁਰਪ੍ਰੀਤ ਕੀ ਮੈਸੇਜ ਦਿਓਗੇ ਤੁਸੀਂ ਕਮਿਊਨਿਟੀ ਨੂੰ ਕੀ ਕਹਿਣਾ ਆਪਣੇ ਵੱਲੋਂ ਚਾਹੁੰਦੇ ਆ ਬਸ ਵੀ ਬਹੁਤ ਥੈਂਕ ਯੂ ਆ ਹੈ ਨਾ ਵੀ ਅਸੀਂ ਮੰਗ 'ਤੇ ਬਣੇ ਸੀ ਪਰਿਵਾਰ ਜਿੱਦਾਂ ਤੁਸੀਂ ਕਿਹਾ ਵੀ ਪਰਿਵਾਰ ਤੋਂ ਹੀ ਮੰਗ ਹੁੰਦਾ ਆ ਪਰਿਵਾਰ ਸਾਂਭ ਕੇ ਮੰਗ 'ਤੇ ਬਣੇ ਸੀਗੇ ਅਤੇ ਉਹਨਾਂ ਨੇ ਸਾਨੂੰ ਇੰਨਾ ਕੁ ਦਿੱਤਾ ਵੀ ਜੋ ਵੀ ਲੋੜ ਤੋਂ ਵੱਧ ਦੇ ਦਿੱਤਾ ਹੈ ਨਾ ਵੀ ਬਹੁਤ ਜ਼ਿਆਦਾ ਸਾਡੇ ਲਈ ਕਰਤਾ ਅਤੇ ਅਸੀਂ ਸਾਰੀ ਉਮਰ ਨਹੀਂ ਉਹਨਾਂ ਦਾ ਦੇਣਾ ਦੇ ਸਕਦੇ ਹੈ ਨਾ ਅਤੇ ਜੋ ਵੀ ਸਾਡੇ ਲਈ ਸਾਰਿਆਂ ਨੇ ਕੀਤਾ ਆ ਅਤੇ ਬਸ ਹੁਣ ਇਹੋ ਹੀ ਆ ਵੀ ਪਰਮਾਤਮਾ ਕਰੇ ਵੀ ਇਹ ਇੰਨੀਆਂ ਦੁਆਵਾਂ ਆ ਲੋਕਾਂ ਦੀਆਂ ਸਾਰਿਆਂ ਹੁਣ ਹਰਪ੍ਰੀਤ ਇੱਕ ਦਿਨ ਕਰਦੀ ਸੀ ਕਹਿੰਦੀ ਉਹਨਾਂ ਦਾ 4-5 ਬੱਚਿਆਂ ਦਾ ਲੋਟਰੀ ਸਿਸਟਮ 'ਚ ਨਾਮ ਆ ਗਿਆ ਵੀ ਕੀ ਪਤਾ ਆਰੀਅਨ ਦਾ ਵੀ ਆ ਜਾਂਦਾ ਆਪਾਂ ਇੰਨਾ ਕੁਛ ਕੀਤਾ ਜੇ ਉਹ ਨਾ ਪਰ ਸ਼ਾਇਦ ਬਾਅਦ 'ਚ ਤੁਹਾਡੀ ਹੋਰ ਡਿਊਟੀ ਲਾਈ ਸੀ ਹਾਂਜੀ ਉਹੀ ਕਹਿੰਦੀ ਵੀ ਹਰਪ੍ਰੀਤ ਬਾਅਦ 'ਚ ਇਹਦੇ ਦਿਮਾਗ 'ਚ ਇੱਦਾਂ ਵੀ ਆ ਗਿਆ ਵੀ ਇੰਨੀਆਂ ਦੁਆਵਾਂ ਨਹੀਂ ਮਿਲਣੀਆਂ ਸੀਗੀਆਂ ਆਪਾਂ ਨੂੰ ਹੈ ਨਾ ਇੰਨੀਆਂ ਅਰਦਾਸਾਂ ਇੰਨੀਆਂ ਦੁਆਵਾਂ ਹੈ ਨਾ ਕਿਉਂਕਿ ਦੁਆ ਨਾਲ ਉਹ ਦੁਆ ਜ਼ਿਆਦਾ ਬਿਲਕੁਲ ਜੀ ਔਰ ਜਦੋਂ ਅਸੀਂ ਦਸਵੰਧ ਦੀ ਗੱਲ ਕਰਦੇ ਹਾਂ ਨਾ ਸੋ ਸਾਡੇ ਗੁਰਾਂ ਨੇ ਪਿਰਤ ਪਾਈ ਆ ਸੋ ਸਾਰਿਆਂ ਨੇ ਆਪਣਾ ਦਸਵੰਧ ਕੱਢ ਕੇ ਆਸ਼ੀਰਵਾਦ ਦਿੱਤਾ ਇਸ ਬੱਚੇ ਨੂੰ ਹੁਣ ਤੁਸੀਂ ਉਸ ਦਸਵੰਧ 'ਚੋਂ ਵੀ ਅੱਗੇ ਦਸਵੰਧ ਕੱਢ ਰਹੇ ਹੋ ਉਹ ਵੀ ਦੁਆਵਾਂ ਹੀ ਵਾਪਸ ਆਉਣਗੀਆਂ ਸੋ ਬੜਾ ਚੰਗਾ ਲੱਗਦਾ ਕਿ ਅਸੀਂ ਕਮਿਊਨਿਟੀ ਦੇ ਵਿੱਚ ਰਲ ਕੇ ਇਹੋ ਜਿਹੀ ਅਵੇਅਰਨੈਸ ਲਿਆ ਸਕੀਏ ਸੋ ਬੜਾ ਵਧੀਆ ਆ ਬਹੁਤ ਸਾਰੀਆਂ ਸਾਡੇ ਪੂਰੇ ਚੈਨਲ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਆ ਅਤੇ ਬੜਾ ਮਨ ਖੁਸ਼ ਹੁੰਦਾ ਆ ਅੱਜ ਪਹਿਲਾਂ ਜਦੋਂ ਇੱਥੇ ਆਏ ਸੀ ਅਸੀਂ ਆਰੀਅਨ ਨੂੰ ਮਿਲਣ ਕੁਛ ਹੋਰ ਮਾਹੌਲ ਸੀ ਪਰ ਅੱਜ ਮੈਨੂੰ ਆਰੀਅਨ ਨੂੰ ਹੱਸਦਾ ਖੇਲਦਾ ਦੇਖ ਕੇ ਅਤੇ ਮੇਰੇ ਦਿਲੋਂ ਅਸੀਸਾਂ ਨਿਕਲਦੀਆਂ ਇਸ ਬੱਚੇ ਲਈ ਕਿ ਆਉਣ ਵਾਲੇ ਜਨਮ ਦਿਨ 'ਤੇ ਅਤੇ ਫਿਰ ਅਸੀਂ ਆਰੀਅਨ ਦੇ ਨਾਲ ਹੱਸ ਖੇਡ ਕੇ ਕੇਕ ਕੱਟਾਂਗੇ ਨਾ ਜੀ ਸੋ ਥੈਂਕ ਯੂ ਤੁਹਾਡਾ ਗਗਨਪ੍ਰੀਤ ਜੀ ਬਹੁਤ ਵਧੀਆ ਲੱਗਾ ਤੁਸੀਂ ਆਪਣੀ ਜਰਨੀ ਸਾਡੇ ਨਾਲ ਸਾਂਝੀ ਕੀਤੀ ਆਰੀਅਨ ਦੀ ਇੰਪਰੂਵਮੈਂਟ ਬਾਰੇ ਸਾਨੂੰ ਦੱਸਿਆ ਔਰ ਹਰਪ੍ਰੀਤ ਬਹੁਤ ਸਟਰੋਂਗ ਆ ਤੁਸੀਂ ਸੋ ਆਪਣੇ ਵਾਂਗ ਜਿਹੜੀਆਂ ਤੁਹਾਡੇ ਵਾਂਗ ਜਿਹੜੀਆਂ ਹੋਰ ਭੈਣਾਂ ਆ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋ ਆਪਣੇ ਮੈਸੇਜਸ ਪਾਇਆ ਕਰੋ ਆਰੀਅਨ ਦੀ ਬਾਰੇ ਦੱਸਿਆ ਕਰੋ ਲੋਕਾਂ ਨੂੰ ਸ਼ਾਇਦ ਕਹਿੰਦੇ ਹੁੰਦੇ ਆ ਕਿ ਤੁਹਾਡੇ ਤੋਂ ਹੀ ਉਹਨਾਂ ਨੂੰ ਹੋਰ ਜ਼ਿੰਦਗੀ ਦੇ ਵਿੱਚ ਅੱਗੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਟੇਕ ਕੇਅਰ ਕਰਨ ਦੇ ਰਾਹ ਮਿਲ ਸਕਣ ਹੈ ਨਾ ਜੀ ਥੈਂਕ ਯੂ ਤੁਹਾਡਾ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਅੱਜ ਤੁਹਾਨੂੰ ਮੈਂ ਲੈ ਕੇ ਪਹੁੰਚੀ ਸੀ ਆਰੀਅਨ ਦਿਓਲ ਦੇ ਘਰ ਅਤੇ ਆਰੀਅਨ ਦਿਓਲ ਦੀ ਟ੍ਰੀਟਮੈਂਟ ਤੋਂ ਬਾਅਦ ਕਿਵੇਂ ਉਹਦੀ ਪ੍ਰੋਗਰੈਸ ਆ ਉਹ ਸਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਅਤੇ ਆਰੀਅਨ ਦੇ ਮੋਮ ਵੱਲੋਂ ਬਹੁਤ ਹੀ ਪਿਆਰਾ ਇੱਕ ਮੈਸੇਜ ਦਿੱਤਾ ਗਿਆ ਅਤੇ ਬਿਲਕੁਲ ਉਸ ਮੈਸੇਜ 'ਤੇ ਸਾਨੂੰ ਅਮਲ ਵੀ ਕਰਨਾ ਚਾਹੀਦਾ ਸੋ ਬਹੁਤ ਸਾਰੇ ਇੱਥੇ ਕਪਲ ਇਹੋ ਜਿਹੇ ਆ ਜਿਹੜੇ ਬਹੁਤ ਛੋਟੀ ਉਮਰ ਹੁੰਦੀ ਆ ਅਤੇ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਨਹੀਂ ਹੁੰਦੇ
ਸੋ ਜਦੋਂ ਉਹ ਬੱਚੀਆਂ ਜਿਹੜੀਆਂ ਮਾਵਾਂ ਬਣਦੀਆਂ ਨੇ ਤੇ ਉਹਨਾਂ ਨੂੰ ਕਈ ਵਾਰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ। ਬੇਸ਼ੱਕ ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਆ, ਪਰ ਜਿਹੜੇ ਸਾਡੇ ਬਜ਼ੁਰਗ ਆ ਨਾ, ਉਹਨਾਂ ਵੱਲੋਂ ਨਿੱਕੇ ਨਿੱਕੇ ਨੁਕਸੇ ਜਿਹੜੇ ਦੱਸੇ ਜਾਂਦੇ ਆ, ਉਹ ਕਿਤੇ ਨਾ ਕਿਤੇ ਫਿਰ ਵੀ ਸਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਆ। ਬੜੀਆਂ ਕੰਮ ਦੀਆਂ ਗੱਲਾਂ ਸਾਡੇ ਬਜ਼ੁਰਗ ਦੱਸਦੇ ਆ, ਪਰ ਹਰ ਗੱਲ ਦਾ ਕਹਿੰਦੇ ਸਲੂਸ਼ਨ ਮਿਲ ਜਾਂਦਾ ਕਿਤੇ ਨਾ ਕਿਤੇ। ਉਹ ਸਾਨੂੰ ਅਵੇਅਰਨੈਸ ਇੱਕ ਦੂਜੇ ਨੂੰ ਦਿੰਦੇ ਰਹਿਣਾ ਚਾਹੀਦਾ, ਆਪਣੇ ਪੇਰੈਂਟਸ ਦੇ ਨਾਲ ਖੁੱਲ੍ਹ ਕੇ ਗੱਲਾਂ ਕਰੀਏ, ਅਤੇ ਟਾਈਮ ਟੂ ਟਾਈਮ ਜਦੋਂ ਬੱਚਾ ਬੋਰਨ ਹੁੰਦਾ ਆ, ਨਿਊ ਬੋਰਨ ਬੱਚਾ ਆ, ਉਹਦੀ ਪ੍ਰੀ ਸਕੈਨਿੰਗ ਕਰਾਈਏ। ਸੋ ਉਸ ਬੱਚੇ ਦੀਆਂ ਕੋਈ ਵੀ ਕੰਪਲੀਕੇਸ਼ਨਸ ਆ, ਛੋਟੀ ਤੋਂ ਛੋਟੀ ਗੱਲ ਵੀ ਆ, ਉਹਨੂੰ ਅਸੀਂ ਧਿਆਨ ਦੇ ਵਿੱਚ ਲਿਆਈਏ, ਅੱਖੋਂ ਪਰੋਖੇ ਨਾ ਕਰੀਏ। ਸੋ ਨਿੱਕੀਆਂ ਨਿੱਕੀਆਂ ਗੱਲਾਂ ਵੀ ਆਪਣੇ ਡਾਕਟਰ ਨਾਲ ਸ਼ੇਅਰ ਕਰੀਏ। ਅੱਜ ਕੱਲ੍ਹ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਮਿਲ ਜਾਂਦਾ, ਗੂਗਲ ਕਰਕੇ ਬੱਚੇ ਦੀ ਇੰਪਰੂਵਮੈਂਟ ਕਿਵੇਂ ਹੋ ਰਹੀ ਆ, ਇੱਕ ਦੂਜੀਆਂ ਮਾਵਾਂ ਦੇ ਨਾਲ ਪਰਿਵਾਰਾਂ ਦੇ ਵਿੱਚ ਸਲਾਹ ਮਸ਼ਵਰਾ ਕਰੀਏ, ਤਾਂ ਕਿ ਸਾਡੇ ਬੱਚਿਆਂ ਨੂੰ ਇਹੋ ਜਿਹੀ ਕੋਈ ਵੱਡੀ ਮੁਸੀਬਤ ਨਾ ਆ ਸਕੇ। ਸੋ ਆਰੀਅਨ ਦੀ ਜਰਨੀ ਤੁਹਾਡੇ ਨਾਲ ਸਾਂਝੀ ਕੀਤੀ, ਕਮਿਊਨਿਟੀ ਦਾ ਬਹੁਤ ਹੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਪੂਰੇ ਟੋਟਲ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਆਰੀਅਨ ਦਿਓਲ ਦੇ ਕੈਂਪੇਨ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਇਆ। ਆਓ ਰਲ ਕੇ ਇਸੇ ਤਰ੍ਹਾਂ ਹੀ ਆਪਣੀ ਕਮਿਊਨਿਟੀ ਦੇ ਪਰਿਵਾਰਾਂ ਦਾ, ਆਪਣੀ ਜਨਰੇਸ਼ਨ ਦਾ, ਆਪਣੇ ਬੱਚਿਆਂ ਦਾ, ਨੌਜਵਾਨ ਪੀੜ੍ਹੀ ਦਾ ਇਸੇ ਤਰ੍ਹਾਂ ਹੀ ਖਿਆਲ ਰੱਖੀਏ, ਭਾਈਚਾਰਕ ਸਾਂਝ ਬਣਾ ਕੇ ਰੱਖੀਏ। ਅਤੇ ਸਾਂਝਾ ਟੀਵੀ ਦੀ ਵੀ ਇਹੀ ਕੋਸ਼ਿਸ਼ ਆ ਕਿ ਸਾਂਝੇ ਕੰਮਾਂ ਵਿੱਚ ਇੱਕ ਦੂਜੇ ਦਾ ਸਾਥ ਦੇਈਏ। ਸੋ ਅਗਲੀ ਵਾਰ ਫਿਰ ਕਿਸੇ ਜਗ੍ਹਾ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੀ। ਖਿਆਲ ਰੱਖਿਓ, ਮੌਸਮ ਬਦਲ ਰਿਹਾ ਆ, ਆਪਣਾ ਤੁਸੀਂ ਸਾਰੇ ਖਿਆਲ ਰੱਖਿਓ। ਮੇਰੇ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।